ਬੂੰਦ ਬੂੰਦ ਬਿੰਦ ਸੂਰਾ ਗੁਰ ਗੋਬਿੰਦ ਸੂਰਾ ਵਾਗਾ ਪ੍ਰਗਟੇ ਪੁਰਖ ਭਗਵੰਤ ਰੂਪ ਵਾਗਾ ਪ੍ਰਗਟੇ ਪੁਰਖ ਭਗਵੰਤ ਰੂਪ ਗੁਰ ਗੋਬਿੰਦ ਸੂਰਾ ਗੁਰ ਗੋਬਿੰਦ ਸੂਰਾ ਗੁਰ ਗੋਬਿੰਦ ਸੂਰਾ ਗੁਰ ਗੋਬਿੰਦ ਸੂਰਾ ਵਹਿ ਪ੍ਰਗਟਿਓ ਮਰਦ ਅਗਮ ਵਰੀਆ ਮੈਂ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਵਾਹ ਗੁਰ ਗੋਬਿੰਦ ਸੂਰਾ ਗੁਰ ਗੋਬਿੰਦ ਸੂਰਾ ਗੋਬਿੰਦ ਸੂਰਾ ਗੁਰ 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 ਗੋਬਿੰਦ ਸੂਰਾ ਵਾਹ ਪ੍ਰਗਟੇ ਪੁਰਖ ਭਗਵੰਤ ਰੂਪ ਵਾਹ ਪ੍ਰਗਟੇ ਪੁਰਖ ਭਗਵੰਤ। ਪਹਿਲੀ ਗੱਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਮੇਰੇ ਵੱਲੋਂ ਮੈਂ ਦਿੱਲੀਓਂ ਆਈ ਹਾਂ। ਯਾਤਰਾ ਨੂੰ ਤੁਸੀਂ ਕਿੰਨੀ ਵਾਰੀ ਯਾਤਰਾ ਤੇ ਇੱਥੇ ਆਏ ਹੋ? ਮੈਂ ਪਹਿਲੀ ਵਾਰ ਇੱਥੇ ਯਾਤਰਾ ਤੇ ਆਈ ਹਾਂ। ਕਿੱਦਾਂ ਲੱਗ ਰਿਹਾ ਤੁਹਾਨੂੰ? ਮੈਨੂੰ ਬਹੁਤ ਸੋਹਣਾ ਲੱਗਦਾ ਪਿਆ। ਕਿੱਦਾਂ ਦੇ ਇੱਥੋਂ ਅਰੇਂਜਮੈਂਟ ਤੁਹਾਨੂੰ ਕਿੱਦਾਂ ਦੇ ਲੱਗੇ ਟਰੱਸਟ ਵੱਲੋਂ, ਹੇਮਕੁੰਟ ਟਰੱਸਟ ਵੱਲੋਂ? ਹੇਮਕੁੰਟ ਟਰੱਸਟ ਵੱਲੋਂ ਬਹੁਤ ਸਹੀ ਅਰੇਂਜਮੈਂਟ ਹੈਗੀ ਸੀ, ਲੇਕਿਨ ਥੋੜ੍ਹੀ ਜਿਹੀ ਰੋਡ ਖਰਾਬ ਹੋਣ ਵਾਲੇ ਨਾਲ ਯਾਤਰੀਆਂ ਥੋੜ੍ਹੀ ਜਿਹੀ ਦਿੱਕਤ ਹੋਣ ਦੀ ਹੈ, ਜੋ ਹਾਲੇ ਰਿਪੇਅਰਿੰਗ ਹੋ ਰਹੀ ਹੈ। ਆਉਣ ਵਾਲੇ ਦਿਨਾਂ 'ਚ ਉਹ ਸਭ ਕੁਝ ਠੀਕ ਹੋ ਜਾਏਗਾ ਆਉਣ ਵਾਲੇ ਯਾਤਰੀਆਂ ਨੂੰ। ਕੈਸੀ ਲੱਗੀ ਯਾਤਰਾ ਕਰਕੇ ਆਪਕੋ? ਸਾਨੂੰ ਅੱਛਾ ਲਗਾ। ਠੀਕ ਹੈ, ਕਿਤਨਾ ਰਸ਼ ਹੈ ਵਹਾਂ ਪੇ? ਬਹੁਤ ਹੈ। ਕੈਸਾ ਲੱਗ ਰਿਹਾ ਹੈ? ਅੱਛਾ ਲੱਗਦਾ ਪਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕਿੱਥੋਂ ਆਏ ਜੀ? ਅਸੀਂ ਝਾਂਸੀਓਂ ਆਏ ਜੇ। ਠੀਕ ਹੈ ਜੀ, ਕਿੱਦਾਂ ਰਹੀ ਯਾਤਰਾ ਤੁਹਾਡੀ? ਵਾਹਿਗੁਰੂ ਦੀ ਕਿਰਪਾ ਨਾਲ ਬੜੀ ਵਧੀਆ ਰਹੀ ਹੈ। ਅੱਛਾ, ਠੀਕ ਹੈ ਜੀ, ਕਿੱਦਾਂ ਲੱਗਿਆ ਅਰੇਂਜਮੈਂਟ ਤੁਹਾਨੂੰ? ਅੱਛਾ ਹੈਗਾ ਵਾਹਿਗੁਰੂ ਜੀ ਕਿਰਪਾ ਨਾਲ, ਵਧੀਆ ਹੈਗਾ ਅਰੇਂਜਮੈਂਟ ਤੇ ਅੱਛਾ ਹੈਗਾ। ਪਰਮਾਤਮਾ ਪੁਰਖੋਤਮ
ਅਸੀਂ ਪਟਿਆਲੇ ਤੋਂ ਆਏ ਜੀ। ਕਿੱਧਰ ਯਾਤਰਾ ਤੇ ਜਾ ਰਹੇ ਹੋ? ਸ੍ਰੀ ਹੇਮਕੁੰਟ ਸਾਹਿਬ ਜਾ ਰਹੇ ਹਾਂ ਜੀ। ਬਹੁਤ ਵਧੀਆ ਕੀਤਾ ਗਿਆ ਜੀ, ਬਹੁਤ ਵਧੀਆ ਲੱਗਿਆ ਸਾਨੂੰ ਆਉਣ ਦੇ ਵਿੱਚ, ਕੋਈ ਦਿੱਕਤ ਨਹੀਂ ਹੋਈ ਹੈਗੀ, ਕੋਈ ਪਰੇਸ਼ਾਨੀ ਨਹੀਂ ਹੋਈ ਹੈਗੀ, ਸਾਨੂੰ ਬਹੁਤ ਵਧੀਆ ਲੱਗਿਆ ਆਉਣ 'ਚ। ਸੰਗਤ ਇੱਥੇ ਬਹੁਤ ਆਈ ਹੈ ਜੀ, ਬਹੁਤ ਜ਼ੋਰਾਂ ਸ਼ੋਰਾਂ 'ਤੇ ਸੰਗਤ ਪਹੁੰਚੀ ਆ ਕੇ, ਦੂਰੋਂ ਦੂਰੋਂ ਪਹੁੰਚੀ ਆ, ਸੰਗਤ ਦਾ ਬਹੁਤ ਇਕੱਠ ਹੋ ਰਿਹਾ, ਵੱਧ ਚੜ ਕੇ ਸੰਗਤ ਪਹੁੰਚ ਵੀ ਰਹੀ ਆ ਅਤੇ ਲੋਕ ਮੱਥਾ ਟੇਕ ਕੇ ਜਾ ਵੀ ਰਹੇ ਨੇ ਜੀ। ਬਹੁਤ ਜ਼ਿਆਦਾ ਅਪੀਲ ਕੀਤੀ ਜਾ ਰਹੀ ਹੈ ਕਿ ਮੋਟਰਸਾਈਕਲਾਂ 'ਤੇ ਜਿਹੜੀ ਡਰਾਈਵਿੰਗ ਆ ਥੋੜ੍ਹੀ ਜਿਹੀ ਕਠਿਨ ਆ, ਸੜਕਾਂ ਟੁੱਟੀਆਂ ਹੋਈਆਂ ਨੇ, ਠੀਕ ਹੈ, ਕੀ ਕਹਿਣਾ ਚਾਹੁੰਦੇ ਇਸ ਬਾਰੇ? ਉਸ ਬਾਰੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਮੋਟਰਸਾਈਕਲ ਆਪਣੇ ਥੱਲੇ ਖੜਾਓ, ਸਟੈਂਡ 'ਤੇ ਲਾਓ ਅਤੇ ਉਹ ਤੋਂ ਬਾਅਦ ਤੁਰ ਕੇ ਜਾਓ, ਰਸਤਾ ਖਰਾਬ ਆ ਕਿਉਂਕਿ ਰਸਤੇ ਦੇ ਵਿੱਚ ਮੋਟਰਸਾਈਕਲ ਲਿਆਉਣ ਦਾ ਖਤਰਾ, ਲਿਆਉਣਾ ਨਹੀਂ ਚਾਹੀਦਾ। ਪੂਰੇ ਪ੍ਰਬੰਧ ਕੀਤੇ ਆ ਟੈਕਸੀਆਂ 'ਤੇ, ਤੁਸੀਂ ਮੋਟਰਸਾਈਕਲ 'ਤੇ ਕਿਉਂ ਆਏ ਹੋ? ਅਸੀਂ ਮੋਟਰਸਾਈਕਲ 'ਤੇ ਇਸ ਕਰਕੇ ਆਏ ਜੀ, ਜਾਮ ਲੱਗ ਜਾਂਦਾ ਮੋਟਰਸਾਈਕਲ 'ਤੇ, ਵਧੀਆ ਲੱਗਦਾ ਆਉਣ ਦੀ ਯਾਤਰਾ, ਵਧੀਆ ਲੱਗਦਾ ਯਾਤਰਾ ਕਰਨ ਦਾ ਟੈਕਸੀ ਵਾਲਾ ਹੈ ਜੀ। ਸਾਡੀ ਇਹ ਪਹਿਲੀ ਯਾਤਰਾ ਜੀ, ਇਹਨਾਂ ਦੀ ਦੂਜੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਵਧੀਆ ਜੀ, ਅਸੀਂ 2014 ਤੋਂ ਲਗਾਤਾਰ ਹਰ ਸਾਲ ਆ ਰਹੇ ਹਾਂ ਅਤੇ ਬਹੁਤ ਹੀ ਵਧੀਆ ਇਸ ਵਾਰ ਜਿਹੜਾ ਵਾ ਉਹ ਜ਼ਿਆਦਾ ਆਨੰਦ ਆ। ਉੱਪਰ ਜਿਹੜੀ ਬਰਫ਼ ਵੀ ਬਹੁਤ ਜ਼ਿਆਦਾ ਪਈ ਜਿਹੜੀ, ਅਤੇ ਆਨੰਦਮਈ ਉੱਪਰ ਜਿਹੜਾ ਵਾ ਦ੍ਰਿਸ਼ ਦੇਖਣ ਨੂੰ ਮਿਲਿਆ ਜੀ ਸਾਨੂੰ, ਅਤੇ ਆਨੰਦ ਵੀ ਬਹੁਤ ਆਇਆ ਜੀ। ਨਹੀਂ ਵਧੀਆ ਜੀ, ਸਾਰੇ ਪਾਸੇ ਵਧੀਆ ਪ੍ਰਬੰਧ ਆ ਜੀ, ਥੱਲੇ ਵੀ ਪ੍ਰਸ਼ਾਸਨ ਵੀ ਜਿਹੜਾ ਵਾ ਉਹ ਆਪਣੀ ਜ਼ਿੰਮੇਵਾਰੀ ਨਾਲ ਸਾਰਾ ਕੰਮ, ਪਾਰਕਿੰਗ ਜਿੱਥੇ ਜਾਮ ਲੱਗਦਾ ਵਾ ਕਢਾਉਂਦੇ ਆ, ਅਤੇ ਵਧੀਆ ਕੰਮ ਕਰਦੀ ਵੀ ਆ ਜੀ ਸਰਕਾਰ ਵੀ, ਅਤੇ ਅੱਗੇ ਨਾਲ ਡਿਵੈਲਪਮੈਂਟ ਵੀ ਚੰਗਾ ਹੋਇਆ ਜੀ। ਉੱਪਰ 4-5 ਕਿਲੋਮੀਟਰ ਤੱਕ ਗੱਡੀਆਂ ਜਾਣ ਲੱਗ ਪਈਆਂ ਵਾ, ਇਹ ਸੰਗਤ ਵਾਸਤੇ ਜਿਹੜੀ ਆ ਉਹ ਸਭ ਤੋਂ ਵਧੀਆ ਸਹੂਲਤ ਆ ਜੀ। ਸਿੱਖ ਜਥੇਬੰਦੀ ਨੂੰ ਕੀ ਮੈਸੇਜ ਦੇਣਾ? ਅਸੀਂ ਜੀ ਸਾਰੇ ਜਗਤ ਦੇ ਸਿੱਖਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਹਾਂ ਵੀ ਜਿਹੜੇ ਨਿੰਦਕ ਇਸ ਪਵਿੱਤਰ ਅਸਥਾਨ ਨੂੰ ਜਿਹੜਾ ਮਾੜਾ ਸ਼ਬਦ ਬੋਲਦੇ ਆ ਕਿ ਹਾਂ ਵੀ ਅਸੀਂ ਨਹੀਂ ਮੰਨਦੇ, ਪਰ ਉਹਨਾਂ ਵੱਲ ਨਾ ਧਿਆਨ ਦੇ ਕੇ, ਕਿਉਂਕਿ ਅਸੀਂ ਕਿਹੜਾ ਉੱਪਰ ਜੀ ਕਬਰਾਂ ਨੂੰ ਮੱਥਾ ਟੇਕਣ ਜਾ ਰਹੇ ਹਾਂ, ਗੱਲ ਤਾਂ ਉੱਪਰ ਵੀ ਮਹਾਰਾਜ ਦੀ ਹੋ ਰਹੀ ਆ। ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋੜ ਦੂਜਾ ਕੌਣ ਧਿਆਈ ਆ, ਉੱਪਰ ਵੀ ਗੱਲ ਉਹੀ ਚੱਲ ਰਹੀ ਆ ਜੋ ਥੱਲੇ ਚੱਲ ਰਹੀ ਪਈ ਹੈ ਜੀ। ਅਤੇ ਬੇਨਤੀ ਆ ਸਾਰੇ ਅਫਵਾਹਾਂ ਤੋਂ ਥੋੜ੍ਹਾ ਜਿਹਾ ਸੁਚੇਤ ਰਹਿਣ, ਕੋਈ ਇਹੋ ਜਿਹੀ ਗੱਲ ਨਹੀਂ, ਰਸਤੇ ਬਿਲਕੁਲ ਚੰਗੇ ਆ, ਵਧੀਆ ਗੱਡੀਆਂ ਜਾਂਦੀਆਂ ਆਉਂਦੀਆਂ, ਅਤੇ ਆਪਣਾ ਜਿਹੜਾ ਵਾ ਦਰਸ਼ਨ ਕਰਕੇ ਜੀਵਨ ਜਿਹੜਾ ਸਫਲ ਕਰੋ ਜੀ। ਸਦ ਸਦਾ ਹਜ਼ੂਰਾ, ਸਦ ਸਦਾ ਹਜ਼ੂਰਾ, ਪਤ ਤੇ ਉਧਾਰ।
ਪਤ उमेश भट्ट। कहाँ के रहने वाले हो? मैं गोविंद घाट से 2 किलोमीटर आगे पांडु की शुरू। कितनी देर होगी आपको टैक्सी चलाती हुई? यहाँ पे तो सर 4 साल से कंटिन्यू चल रहा है। यात्रा शुरू होती है तो कौन कौन सी दिक्कतें आती हैं, कौन सी परेशानी आती है? सर एक्चुअली क्या है, यहाँ पे जैसे हम गाड़ियाँ चलाते हैं तो क्या है, एक तो पार्किंग स्पेस कम है यहाँ पे, क्योंकि जब अगर संगत ज़्यादा हो जाती है तो गाड़ी टर्न अप करने में दिक्कत होती है। दूसरा यहाँ पे क्या फील करना चाहते हो कि ज़्यादा चाहिए जगह या और आगे रास्ता और बनाया जाए, क्या अपील करना चाहते हो? गवर्नमेंट से हमारी अपील है कि रास्ता भी आगे बने, पार्किंग स्पेस मिले, यहाँ पे रास्तों में टॉयलेट वगैरह नहीं है, टॉयलेट बने, पानी का वो रहे कि रास्ते में पीने का पानी हो। यहाँ पे कई प्रॉब्लम चलती है, जैसे यहीं पे आप टैक्सी स्टैंड है पर एक भी बाथरूम नहीं है। यहाँ पे यात्री आते हैं, कोई गाड़ी के पीछे जाता है, कोई कहीं जाता है, मजबूरी है सबकी, पर टॉयलेट एक भी नहीं है, गवर्नमेंट की तरफ से कोई भी टॉयलेट वगैरह नहीं है यहाँ पे। ठीक है, पीछे जैसे मोटरसाइकिल के लिए जगह बनाई हुई है, हाँ जी, आपके लिए कोई गाड़ी की जगह नहीं दी है? गाड़ी की जगह है सर, पर ये बहुत कम है। एक्चुअली यहाँ पे 35 गाड़ी चलती है, तो 35 के हिसाब से बहुत कम है एक्चुअली ये जगह। ठीक है, रास्ता ये टैक्सी द्वारा तय किया गया वा, तो टैक्सी वाले ने यह दसिया कि इतने 35 के करीब जिहड़ियां गड्डियां चलदियां ने जिन्हों पार्किंग दे विच बड़ी दिक्कत आ रही है, तो इन्होंने प्रशासन वालों मांग की है कि इन्हों वधिया स्पेस दिती जाए ता कि इन्हों गड्डी मोड़न दे गड्डियां खड़ाउन दे विच कोई दिक्कत ना आए, तो प्रशासन नूं इन्होंने यही अपील की है कि ये जल्दी तो जल्दी इन्हों दे हल किए जाए। यात्रा आरंभ हो चुकी है जी, असीं करदे आ फैमिली दे नाल जो छोटे छोटे बच्चों नूं गोविंद धाम के उपर उदू बाद श्री हेमकुंड साहब मत्था टेकाउण लैके जा रहे हैं, गल करदे आ इन्हां दे। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਆਏ ਹਾਂ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ, ਅਤੇ ਬਹੁਤ ਐਕਸਾਈਟਿਡ ਹੈਗੇ ਹਾਂ, ਬਹੁਤ ਹੀ ਵਧੀਆ ਲੱਗ ਰਿਹਾ ਇੱਥੇ ਆ ਕੇ। ਸ਼ੁਰੂ ਸ਼ੁਰੂ ਦੇ ਵਿੱਚ ਜਦੋਂ ਆਉਣ ਲੱਗੇ ਸੀ ਤਾਂ ਥੋੜ੍ਹੀ ਟੈਨਸ਼ਨ ਸੀਗੀ ਕਿ ਜਾ ਕੇ ਯਾਤਰਾ ਕਿਸ ਤਰ੍ਹਾਂ ਕਰਾਂਗੇ, ਪਰ ਗੁਰੂ ਸਾਹਿਬ ਨੇ ਆਪ ਸਾਨੂੰ ਸਹਾਈ ਹੋ ਕੇ ਅੰਗ ਸੰਗ ਹੋ ਕੇ ਸਾਡੀ ਯਾਤਰਾ ਸਫਲ ਕਰ ਰਹੇ ਨੇ, ਅਸੀਂ ਬੜੇ ਆਰਾਮ ਨਾਲ ਯਾਤਰਾ ਕਰ ਰਹੇ ਹਾਂ। ਬਾਕੀ ਅੱਗੇ ਮਾਲਕ ਦੀ ਕਿਰਪਾ ਰਹੇ, ਚੜ੍ਹਦੀ ਕਲਾ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੀ ਫੈਮਿਲੀ ਦੇ ਨਾਲ ਹੋ, ਬੱਚਿਆਂ ਦੇ ਨਾਲ ਤੁਸੀਂ
ਕਿੱਦਾਂ ਦੇ ਪ੍ਰਬੰਧ ਕੀਤੇ ਹੋਏ ਆ, ਪੁਖਤਾ ਕੀ ਪ੍ਰਬੰਧ ਕੀਤੇ ਆ, ਆਪਣੀਆਂ ਸੇਫਟੀਆਂ ਕੀ ਕੀਤੀਆਂ ਹੋਈਆਂ? ਆਪਣਾ ਸੇਫਟੀ ਵਾਸਤੇ ਤਾਂ ਚਲੋ ਬਾਕੀ ਕੋਸ਼ਿਸ਼ ਤਾਂ ਕਰੀ ਦੀ ਆ, ਜੋ ਵੀ ਆ ਸਮਾਨ ਵਗੈਰਾ ਲੈ ਕੇ ਆਏ ਹਾਂ ਠੰਡ ਤੋਂ ਬਚਣ ਵਾਸਤੇ, ਅਤੇ ਬਾਕੀ ਗੁਰੂ ਸਾਹਿਬ ਆਪੇ ਸੇਫਟੀ ਕਰਦੇ ਆ, ਅਤੇ ਬੱਚਿਆਂ ਵਾਸਤੇ ਜੋ ਵੀ ਆ ਖਾਣ ਪੀਣ ਦਾ ਸਮਾਨ ਲੈ ਕੇ ਆਏ ਹਾਂ, ਅਤੇ ਬੱਚੇ ਥੋੜ੍ਹੇ ਇਸ ਵੇਲੇ ਹਾਲੇ ਨਰਵਸ ਨੇ, ਅਤੇ ਬਾਕੀ ਅੱਗੇ ਜਾ ਕੇ ਐਕਸਾਈਟਿਡ ਹੋਣਗੇ। ਨਹੀਂ ਥੋੜ੍ਹਾ ਸ਼ੁਰੂ ਸ਼ੁਰੂ ਮੇਂ ਡਰ ਲੱਗਤਾ ਹੈ, ਫਿਰ ਬਹੁਤ ਅੱਛਾ ਹੈ, ਐਸੀ ਕੋਈ ਬਾਤ ਨਹੀਂ ਹੈ, ਔਰ ਬਹੁਤ ਅੱਛਾ ਸਫ਼ਰ ਹੈ, ਬਹੁਤ ਅੱਛੀ ਦਰਸ਼ਨ ਹੋਇਆ ਬਾਬਾ ਜੀ ਕੇ, ਔਰ ਉੱਪਰ ਬਹੁਤ ਅੱਛਾ ਹੈ, ਜ਼ਰੂਰ ਜਾਣਾ ਚਾਹੀਏ, ਸਭ ਕੁਝ ਜਾਣਾ ਚਾਹੀਏ। ਮਾਈ ਨੇਮ ਇਜ਼ ਡਿੰਪਲ ਐਂਡ ਆਈ ਐਮ ਫਰੋਮ ਗਾਜ਼ੀਆਬਾਦ। ਹਾਂਜੀ, ਆਈ ਐਮ ਫੀਲਿੰਗ ਸੋ ਬਲੈਸਡ ਐਂਡ ਆਈ ਐਮ ਵੈਰੀ ਗਲੈਡ ਦੈਟ ਆਈ ਐਮ ਹੇਅਰ। ਮੁਝੇ ਬਹੁਤ ਖੁਸ਼ੀ ਹੋਈ, ਬਹੁਤ ਹੀ ਇੱਕ ਸ਼ਾਂਤੀ ਸਾ ਮਹਿਸੂਸ ਹੁਆ ਯਹਾਂ ਪੇ ਪਹੁੰਚ ਕਰ, ਔਰ ਮੇਰਾ ਡ੍ਰੀਮ ਥਾ ਹੇਮਕੁੰਡ ਸਾਹਿਬ ਜੀ ਕਾ, ਜੀ ਕੇ ਦਰਸ਼ਨ ਕਰਨੇ ਕਾ। ਸੋ ਕਿਸਕੇ ਸਾਥ ਆਈ ਹੋ? ਮੈਂ ਭਈਆ ਕੇ ਸਾਥ ਆਈ ਹੂੰ, ਉਨਕੇ ਬੱਚੇ ਹੈਂ। ਠੀਕ ਹੈ। ਹਾਂਜੀ, ਔਰ ਵੋ ਕਹਾਂ ਹੈ? ਅਭੀ ਪੀਛੇ ਹੈ, ਮੈਂ ਆਗੇ ਹੂੰ। ਆਪਕੋ ਘੋੜਾ ਗਾੜੀ ਕੈਸੇ ਕਰ? ਨਹੀਂ, ਮੈਂ ਤੋ ਆਪਣਾ, ਮੈਂ ਟ੍ਰੈਕਿੰਗ ਕਰਤੀ ਹੂੰ, ਬਹੁਤ ਸਾਰੀ ਜਗ੍ਹਾ ਪੇ ਵੀ ਜਾਤੀ ਹੂੰ, ਤੋ ਮੈਂ ਆਪਣੇ ਪੈਰੋਂ ਕੇ ਜ਼ਰੀਏ ਹੀ ਜਾਣਾ ਮਹਿਸੂਸ ਕਰਤੀ ਹੂੰ। ਠੀਕ ਹੈ, ਕਿਆ ਮੈਸੇਜ ਦੇਣਾ ਚਾਹਤੇ ਹੋ ਆਪਣੀ ਹਮ ਉਮਰ ਕੋ? ਯਹਾਂ ਪੇ ਹਮੇ ਸਾਲ ਮੇ ਏਕ ਬਾਰ ਜ਼ਰੂਰ ਆਉਣਾ ਚਾਹੀਏ ਟ੍ਰੈਕਿੰਗ ਪੇ, ਇਨ ਜੋ ਵੀ ਵਾਦੀਆਂ ਹੈ ਇਨ ਵਾਦੀਆਂ ਕੋ ਓਬਜ਼ਰਵ ਕਰਨਾ ਚਾਹੀਏ, ਔਰ ਅੱਛੇ ਸੇ ਮਤਲਬ ਕਿ ਪਰਿਆਵਰਣ ਕੋ ਸੁਰੱਖਿਆ ਰੱਖਣੀ ਚਾਹੀਏ। ਕੌਨ ਸੇ ਬੱਚੇ ਛੋਟੇ ਬੜੇ ਕਿਸ ਕੋ ਆਉਣਾ ਚਾਹੀਏ, ਕੌਨ ਸੇ ਬਜ਼ੁਰਗ ਕੋ ਨਹੀਂ ਆਉਣਾ ਚਾਹੀਏ? ਆਈ ਥਿੰਕ ਜੋ 75 ਅਬਵ ਏਜ ਹੈ ਉਨਕੋ ਤੋ ਮੈਂ ਪ੍ਰੀਫਰ ਕਰੂੰਗੀ ਕਿ ਨਾ, ਅਗਰ ਇਨ ਕੇਸ ਵੋ ਆਤੇ ਹੈ ਤੋ ਉਨ੍ਹੇ ਪ੍ਰੋਪਰ ਇੱਕ ਜੈਕਟ ਵਗੈਰਾ ਪ੍ਰੋਪਰ ਆਪਣਾ ਵੀਅਰ ਕਰਕੇ ਆਉਣਾ ਚਾਹੀਏ, ਔਰ ਜੀਰੋ ਹਾਂ ਤੋ 5 ਸਾਲ ਤੱਕ ਕੇ ਬੱਚੇ ਕੋ ਤੋ ਐਟਲੀਸਟ ਨਾ ਲੈ ਕਰ ਆਏ, ਕਿਉਂਕਿ ਉਨਕੇ ਸਾਥ ਬੜੇ ਵੀ ਸਫ਼ਰ ਕਰਤੇ ਹੈ। ਮੈਨੇ ਦੇਖਾ ਬਹੁਤ ਸਾਰੇ ਲੋਕ ਆਗ, ਮਤਲਬ 1 ਕਿਲੋਮੀਟਰ ਕੇ ਬਸ ਉਨਕਾ ਡਿਸਟੈਂਸ ਥਾ, ਉਸੀ ਸਮੇਂ ਸੇ ਵੋ ਲੌਟ ਕਰ ਆਟਤੇ, ਤੋ ਸੁਨ ਕੇ ਹੀ ਬੜਾ ਅਫਸੋਸ ਹੋ ਰਹਾ ਥਾ। ਹੇਮਕੁੰਡ ਟ੍ਰਸਟ ਕਾ ਕੈਸੇ ਲਗਾ ਪ੍ਰਬੰਧ ਵਹਾਂ? ਬਹੁਤ ਅੱਛਾ ਹੈ, ਇਕਦਮ ਟੋਇਲੇਟ ਵਾਸ਼ਰੂਮ ਵਗੈਰਾ ਸਭ ਕੁਛ ਇਕਦਮ ਨੀਟ ਐਂਡ ਕਲੀਨ ਹੈ, ਸੋ ਆਈ ਐਮ ਸੋ ਹੈਪੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕਲਗੀਧਰ ਪਾਤਸ਼ਾਹ ਨੇ ਸਿੱਖਾਂ ਦਾ ਬਹੁਤ ਵਧੀਆ ਤੀਰਥ ਬਣਾਤਾ, ਬਹੁਤ ਨਜ਼ਾਰਾ ਆਉਂਦਾ ਇੱਧਰ ਨੂੰ ਆ ਕੇ, ਬਹੁਤ ਆਨੰਦ, ਕੋਈ ਥਕਾਵਟ ਨਹੀਂ, ਕੋਈ ਕੁਛ ਨਹੀਂ। ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਇੱਥੇ ਬਾਰੇ ਪਤਾ ਹੋਊ ਨੌਲੇਜ ਹੋਊਗੀ? ਹਾਂ, ਕਾਫੀ ਨੌਜਵਾਨਾਂ ਨੂੰ ਤਾਂ ਪਤਾ ਹੈ, ਕਈਆਂ ਨੂੰ ਵਿਚਾਰਿਆਂ ਨੂੰ ਨਹੀਂ ਪਤਾ, ਕਈ ਬੱਚਿਆਂ ਨੂੰ ਪਤਾ, ਅੱਜ ਦੱਸਿਆ ਵਾ ਨਾ, ਅਸੀਂ ਚੀਜ਼ ਪੜ੍ਹਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਭਾਈ, ਮੈਂ ਪਹਿਲੀ ਵਾਰੀ 1966 ਦੇ ਵਿੱਚ ਪਿੱਪਲਕੋਟੀ ਤੋਂ ਤੁਰ ਕੇ ਜੋਸ਼ੀਮੱਠ ਤੋਂ ਤੁਰ ਕੇ ਫਿਰ ਮਹਾਰਾਜ ਨੇ ਹੇਮਕੁੰਡ ਸਾਹਿਬ ਪਹੁੰਚਾਤਾ ਨੂੰ,
ਜੋਸ਼ੀ ਮਠ ਤੋਂ ਸੁਬਹਾ ਤੁਰਿਆ ਚਾਰ ਘੰਟਿਆਂ ਵਿੱਚ ਗੋਬਿੰਦ ਘਾਟ, ਉਦੋਂ ਬਣਦੇ ਅਤੇ ਪਰਮਿਟ ਬਣਦੇ ਅਤੇ 1962 ਦੀ ਲੜਾਈ ਤੋਂ ਮਗਰੋਂ 66 ਤੱਕ, ਅਤੇ ਉਸ ਤੋਂ ਮਗਰੋਂ ਗੋਬਿੰਦ ਘਾਟ ਧਾਮ ਤੋਂ ਪੌਣੇ ਚਾਰ ਘੰਟਿਆਂ ਵਿੱਚ ਗੋਬਿੰਦ ਧਾਮ, 2 ਘੰਟਿਆਂ ਵਿੱਚ ਉੱਪਰ ਜੋਸ਼ੀ ਮਠ ਚੱਲ ਕੇ ਸ਼ਾਮ ਨੂੰ ਮੈਂ ਉੱਪਰ ਪਹੁੰਚਾ ਸਕਾਂਗਾ। ਕਿੰਨੀ ਵਾਰੀ ਆਏ? ਹੁਣ ਮੈਂ 5ਵੀਂ 6ਵੀਂ 7ਵੀਂ ਵਾਰੀ ਲਾ ਲਓ, ਮੇਰੀ 77 ਵਿੱਚ ਚੱਲੀ ਨੇ। ਮੈਂ ਰੋਪੜ ਦੇ ਲਾਗੇ 10 ਕਿਲੋਮੀਟਰ ਨਹੀਂ, ਸਾਡਾ ਸਫ਼ਰ ਬਹੁਤ ਵਧੀਆ ਰਿਹਾ, ਬਹੁਤ ਵਧੀਆ ਅਰੇਂਜਮੈਂਟ ਕੀਤੇ ਗਏ ਨੇ, ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ। ਬਜ਼ੁਰਗਾਂ ਲਈ ਮੈਡੀਕਲ ਕੈਂਪ ਲਾਏ ਹੋਏ ਨੇ, ਉੱਥੇ ਰਹਿਣ ਲਈ ਵੀ ਪੂਰਾ ਅਰੇਂਜਮੈਂਟ ਕੀਤਾ ਗਿਆ। ਕਿੰਨੀ ਕੁ ਬਰਫ਼ਬਾਰੀ ਪੈ ਰਹੀ ਹੈ, ਕਿੰਨਾ ਕੁ ਰਸ਼? ਅਸੀਂ ਤਾਂ ਇਹ ਪਹਿਲੀ ਵਾਰ ਆਏ ਨੇ, ਕਹਿ ਰਹੇ ਨੇ ਵੀ ਪਹਿਲਾਂ ਤਾਂ ਨਹੀਂ ਸੀ, ਹੁਣ ਥੋੜ੍ਹਾ ਜਿਹਾ ਹੈਗਾ ਆ ਸੰਗਤ ਆ ਰਹੀ। ਸੰਗਤ ਤਾਂ ਇਸ ਵਾਰੀ ਮੈਂ ਜਿੰਨੀ ਸੰਗਤ ਵੇਖੀ ਕਦੀ ਨਹੀਂ ਆਪਣੀ ਲਾਈਫ 'ਚ ਵੇਖੀ। ਮੈਂ 13-14 ਸਾਲ ਲਗਾਤਾਰ ਆਇਆ, ਲੇਕਿਨ ਪਹਿਲੀ ਵਾਰ ਮੈਂ ਇੰਨੀ ਸੰਗਤ ਵੇਖੀ ਹੈ ਅਤੇ ਇੰਨੀ ਬਰਫ਼ ਵੇਖੀ ਹੈ ਉੱਤੇ। ਜ਼ਿਆਦਾ ਸੰਗਤ ਕਰਕੇ ਨਹੀਂ ਵੀਰ ਜੀ, ਅਸਲੀ ਟੋਇਲਟ ਜਿਹੜੇ ਸਵੀਪਰ ਨੇ ਨਾ, ਉਹ ਸਵੇਰੇ ਡਿਊਟੀ ਆਪਣੀ ਕੰਪਲੀਟ ਕੀਤੀ ਅਤੇ ਚਲੇ ਗਏ। ਬਈ ਸੰਗਤ 'ਤੇ ਸਾਰਾ ਦਿਨ ਆਉਣਾ ਜਾਣਾ ਲੱਗਾ ਰਹਿਣਾ, ਸੰਗਤ ਦਾ ਸਾਰਾ ਦਿਨ ਆਉਣਾ ਜਾਣਾ ਲੱਗਾ ਰਹਿਣਾ। ਅਤੇ ਤੁਸੀਂ ਥੋੜ੍ਹੀ ਮੰਗ ਕਰਦੇ ਹੋ, ਬਈ ਮੰਗ ਇਹੀ ਹੈ ਕਿ ਥੋੜ੍ਹੀ ਟੋਇਲਟ ਫੈਸਿਲਿਟੀ ਸਵੀਪਰ ਵਗੈਰਾ ਵਧਾਏ ਜਾਣ ਸੰਗਤ ਦੇ ਹਿਸਾਬ ਨਾਲ, ਕਿਉਂਕਿ ਇਹ ਰਸਤੇ 'ਚ ਖੜ੍ਹੇ ਹੋ ਕੇ 10-20 ਰੁਪਏ ਦੇ ਕਹਿ ਹੈ ਜੀ। ਮੇਰਾ ਨਾਂ ਤਾਂ ਠਾਕੁਰ ਸਿੰਘ ਹੈ ਜੀ, ਮੈਂ ਸਹਾਰਨਪੁਰ ਉੱਪਰ ਹੇਮਕੁੰਟ ਸਾਹਿਬ ਯਾਤਰਾ ਕਰਕੇ ਆਇਆ। ਕਿੱਦਾਂ ਰਹੀ ਯਾਤਰਾ? ਯਾਤਰਾ ਬਹੁਤ ਵਧੀਆ ਰਹੀ। ਠੀਕ ਆ, ਕੀ ਲੱਗਦਾ ਕਿ ਤੁਹਾਨੂੰ ਇੰਨੇ ਛੋਟੇ ਬੱਚੇ ਨੂੰ ਨਾਲ ਲੈ ਕੇ ਜਾਣਾ ਚਾਹੀਦਾ? ਨਹੀਂ ਨਹੀਂ, ਇੱਦਾਂ ਦੀ ਸਥਿਤੀ ਵਿੱਚ ਨਹੀਂ ਨਹੀਂ, ਛੋਟੇ ਬੱਚਿਆਂ ਨੂੰ ਉੱਤੇ ਨਹੀਂ ਲੈ ਕੇ ਜਾਣਾ ਚਾਹੀਦਾ। ਕਿੱਦਾਂ ਦਾ ਮੈਸੇਜ ਦੇਣਾ ਚਾਹੁੰਦੇ ਹੋ ਪਬਲਿਕ ਨੂੰ? ਪਬਲਿਕ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਛੋਟੇ ਬੱਚਿਆਂ ਨੂੰ ਖਾਸ ਕਰਕੇ ਉੱਤੇ ਲੈ ਕੇ ਨਾ ਜਾਵੇ, ਉੱਪਰ ਜਾਓ। ਨਹੀਂ, ਸਾਨੂੰ ਸਾਰਿਆਂ ਦੱਸਿਆ, ਅਸੀਂ ਸਿਰਫ ਇਹਨਾਂ ਨੂੰ ਉੱਪਰ ਗੋਬਿੰਦ ਧਾਮ 'ਤੇ ਰੋਕਿਆ ਸੀ ਬੱਚਿਆਂ ਨੂੰ ਅਸੀਂ, ਕਿ ਉੱਤੇ ਇੰਨੀ ਠੰਡ ਨਹੀਂ, ਤਾਂ ਸਭ ਤੋਂ ਉੱਤੇ ਇੰਨੀ ਠੰਡ ਕਿ ਬਰਫ਼ ਬਹੁਤ ਪਈ ਹੈ, 8-9 ਫੁੱਟ ਬਰਫ਼ ਪਈ ਹੋਈ ਉੱਤੇ। ਹਾਂਜੀ, ਬਜ਼ੁਰਗਾਂ ਨੂੰ ਕਿੰਨੇ ਕੁ ਸਾਲ ਤੱਕ ਇੱਥੇ? ਘੱਟੋ ਘੱਟ ਬਜ਼ੁਰਗਾਂ ਨੂੰ ਇੱਥੇ 50-60 ਸਾਲ ਬਜ਼ੁਰਗ ਆ ਜਾਣ ਉੱਤੋਂ, ਉਹਦੇ ਉੱਤੇ ਨਾਲ, ਕਿ ਉਹ ਸਾਹ ਦੀ ਬੜੀ ਪ੍ਰੋਬਲਮ ਹੈ, ਕਿ ਆਕਸੀਜਨ ਘੱਟ ਹੈ। ਤੇਰੀ ਆਗਿਆ ਮੈਂ ਚਲਤ ਹੈ, ਪੰਗ ਕੇ ਬੰਗਾਲੀ ਫਿਰੰਗ ਕੇ ਫਿਰੰਗਾ ਵਾਲੀ ਦਿੱਲੀ ਕੇ ਦਿਲ ਵਾਲੀ ਤੇਰੀ ਆਗਿਆ ਮੈਂ ਚਲਤ ਹੈ। ਗੋਕਾ ਗੁਣ ਗਾਵੇ ਚੀਨ ਮਚੀਨ ਕੇ ਸੀਸ ਨਿਵਾਵੇ। ਵੀਰ ਜੀ, ਸ਼੍ਰੀ ਹੇਮਕੁੰਟ ਸਾਹਿਬ ਸੇਵਾ ਸਿਮਰਨ ਸੁਸਾਇਟੀ ਜੋ ਕਿ ਰਜਿਸਟਰਡ ਹੈ ਪੰਜਾਬ ਤੋਂ, ਇਹਦੇ ਵਿੱਚ ਪੰਜਾਬ ਦੀਆਂ ਵੱਖ ਵੱਖ ਬ੍ਰਾਂਚਾਂ ਨੇ ਜਿਹੜੀਆਂ ਉਹ ਕੰਮ ਕਰਦੀਆਂ ਨੇ, ਅਤੇ ਪਿਛਲੇ 13 ਸਾਲਾਂ ਤੋਂ ਲਗਾਤਾਰ ਸੰਗਤਾਂ ਦੀ ਸੇਵਾ ਦੇ ਵਿੱਚ ਇਸੇ ਤਰ੍ਹਾਂ ਜਿਹੜੇ ਸੇਵਾਦਾਰ ਨੇ ਉਹ ਹਾਜ਼ਰ ਨੇ। ਇਸ ਕੈਂਪ ਦੇ ਵਿੱਚ ਹਰ ਸਮੇਂ ਜਿਹੜਾ ਸੰਗਤਾਂ ਨੂੰ ਮਾਲਿਸ਼ ਮਸਾਜ ਦੀ ਸੇਵਾ ਜਿਹੜੀ ਉਹ ਕੀਤੀ ਜਾਂਦੀ ਹੈ। ਇੱਥੇ ਵੀਰ ਜੀ, ਆਉਣ ਵਾਲੀ ਸੰਗਤ ਦੇ ਲਈ ਪੀਣ ਵਾਲਾ ਪਾਣੀ, ਦਵਾਈਆਂ, ਮਲਚ, ਮਸਾਜ, ਚੂਰਨ, ਮਲਚ ਦੇ ਲਈ ਮਸ਼ੀਨਾਂ ਲਗਾਈਆਂ ਗਈਆਂ ਨੇ, ਅਤੇ ਜਿਨ੍ਹਾਂ 'ਤੇ ਕੋਈ ਬੂਟ ਤੋਂ ਤੰਗ, ਪੈਰਾਂ ਤੋਂ ਰਸਤੇ ਤੋਂ ਚੱਲਣ ਤੋਂ ਔਖਾ ਹੋ ਜਾਂਦਾ, ਉਹਨਾਂ ਦੇ ਲਈ ਚੱਪਲਾਂ ਦਾ ਪ੍ਰਬੰਧ ਕੀਤਾ ਗਿਆ, ਅਤੇ ਸੰਗਤ ਨੂੰ ਪ੍ਰਸ਼ਾਦ ਦੇ ਤੌਰ 'ਤੇ ਮਿੱਠੀਆਂ ਖਿੱਲਾਂ ਅਤੇ ਛੋਲਿਆਂ ਦਾ ਜਿਹੜਾ ਪ੍ਰਸ਼ਾਦ ਉਹ ਦਿੱਤਾ ਜਾਂਦਾ।
ਕਿੰਨੇ ਸੇਵਾਦਾਰ ਇੱਥੇ ਰੂਟੀਨ ਦੇ ਵਿੱਚ? ਇੱਥੇ ਵੀਰ ਜੀ ਹਰ ਸਮੇਂ ਜਿਹੜੇ ਨੇ 10 ਤੋਂ 15 ਸੇਵਾਦਾਰ ਜਿਹੜੇ ਨੇ ਉਹ ਕੰਮ ਕਰਦੇ ਨੇ, ਅਤੇ 8 ਦਿਨ ਬਾਅਦ ਸੇਵਾਦਾਰ ਜਿਹੜੇ ਨੇ ਉਹ ਬਦਲ ਜਾਂਦੇ ਨੇ, ਨਵਾਂ ਗਰੁੱਪ ਆ ਕੇ ਉਹਨਾਂ ਦੀ ਜਗ੍ਹਾ ਲੈ ਲੈਂਦਾ, ਅਤੇ ਲਗਾਤਾਰ ਜਿਹੜਾ 1.5 ਮਹੀਨਾ ਇਹ ਕੈਂਪ ਇੱਥੇ ਚੱਲਦਾ ਇਸੇ ਤਰ੍ਹਾਂ। ਇਹ ਵੀਰ ਜੀ 1 ਜੂਨ ਤੋਂ ਲੈ ਕੇ 15 ਜੁਲਾਈ ਤੱਕ ਕੈਂਪ ਜਿਹੜਾ ਇਸ ਬਾਰੇ ਲਗਾਇਆ। दिल्ली के दिलवाली तेरी आज्ञा में चलत है पंख के वाली फिरंग फिरंगा वाली दिल्ली के दिलवाली तेरी आज्ञा में चलत है। ਜਿਨੇ ਤੋਹੇ ਧਿਆਇਓ ਤਿਨੇ ਪੂਰਨ ਪਰਤਾਪ ਪਾਇਓ, ਜਿਨੇ ਤੋਹੇ ਧਿਆਇਓ ਤਿਨੇ ਪੂਰਨ ਪਰਤਾਪ ਪਾਇਓ, ਪੂਰਨ ਪਰਤਾਪ ਪਾਇਓ। ਵਧੀਆ ਰਹੀ ਜੀ। ਮੁਸ਼ਕਲਾਂ ਤਾਂ ਸਿਰਫ ਉੱਪਰ ਪਹਾੜੀ ਰਸਤੇ ਤੇ ਹੀ ਹੈ, ਬਰਫ਼ ਵਾਲੇ ਪਾਸੇ ਹੀ ਨਾ, ਹੋਰ ਤਾਂ ਨਹੀਂ ਹੈ। ਫਸਟ ਟਾਈਮ ਹੇਮਕੁੰਟ ਟਰੱਸਟ ਵੱਲੋਂ ਬੇਨਤੀ ਵਾਰ ਵਾਰ ਕੀਤੀ ਜਾ ਰਹੀ ਹੈ ਵੀ ਜ਼ਿਆਦਾ ਬਜ਼ੁਰਗ ਹਾਂਜੀ ਨਹੀਂ ਲੈ ਕੇ ਆਉਣੇ। ਪਹਿਲੀ ਯਾਤਰਾ ਸੀਗੀ ਜੀ ਬੱਚੇ ਦੀ, ਅਸੀਂ ਲੈ ਆਏ ਸੀ ਥੱਲੇ ਤੱਕ, ਉੱਪਰ ਛੱਡ ਕੇ ਨਹੀਂ ਜਾ ਸਕਦੇ ਸੀ। ਠੀਕ ਹੈ ਜੀ, ਅੱਗੇ ਤੋਂ ਇਹੋ ਜਿਹਾ? ਨਹੀਂ, ਪਰਮਾਤਮਾ ਲਈ ਬਹੁਤ ਵਧੀਆ ਦਰਸ਼ਨ ਹੋ ਗਏ ਜੀ, ਬਾਬਾ ਜੀ ਦੀ ਮਿਹਰ ਰਹੀ ਹੈ। ਨੈਕਸਟ ਟਾਈਮ ਤਾਂ ਬਸ ਇਹਦੇ ਪੈ ਇੱਕ ਵਾਰੀ ਦਰਸ਼ਨ ਹੋ ਗਏ, ਫਿਰ ਜਦੋਂ ਵੱਡੀ ਹੋ ਗਈ ਉਦੋਂ ਲੈ ਕੇ ਆਵਾਂਗੇ। ਜਿਨ ਤੋਹੇ ਧਿਆਇਓ ਤਿਨੇ ਪੂਰਨ ਪਰਤਾਪ ਪਾਇਓ, ਜਿਨ ਤੋਹੇ ਧਿਆਇਓ। ਬਸ ਸ਼ਾਰਟਕੱਟ ਤਾਂ ਸ਼ਾਰਟਕੱਟ ਹੈ ਜੀ, ਨੇੜੇ ਜਲਦੀ ਪੁੱਜ ਜਾਂਦੇ ਹਾਂ। ਨਹੀਂ ਜਾਣ ਨੂੰ ਕੋਈ ਖਤਰਾ? ਨਹੀਂ, ਖਤਰਾ ਤਾਂ ਕੋਈ ਨਹੀਂ। ਜ਼ਿੰਮੇਵਾਰ ਫਿਰ ਉਹੀ ਹੋਊਗਾ ਜਿਹੜਾ ਸ਼ਾਰਟਕੱਟ ਲਾਊਗਾ, ਜ਼ਿੰਦਗੀ ਨਾ ਮਿਲੇਗੀ ਦੁਬਾਰਾ ਸ਼ਾਰਟਕੱਟ, ਉਹੀ ਜ਼ਿੰਮੇਵਾਰ ਹੋਊਗਾ। ਦੋਸਤਾਂ ਦੇ ਪਿੱਛੇ ਲੱਗ ਕੇ ਸ਼ਾਰਟਕੱਟ ਮਾਰਨਾ ਚੰਗੀ ਗੱਲ ਹੈ? ਸ਼ਾਰਟਕੱਟ ਮਾਰਨ ਲੱਗਿਆ ਕਦੇ ਯਾਰਾਂ ਦੋਸਤਾਂ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ। ਹਮੇਸ਼ਾ ਆਪਣੀ ਸੂਝ ਬੂਝ ਨਾਲ ਸ਼ਾਰਟਕੱਟ ਮਾਰੋ। ਮੈਂ ਆਪਣੀ ਸੂਝ ਬੂਝ ਨਾਲ ਆਇਆ, ਠੀਕ ਹੈ ਨਾ? ਮੈਨੂੰ ਪਤਾ ਕਿ ਇੱਥੇ ਡੇਂਜਰ ਏਰੀਆ ਨਹੀਂ ਹੈ, ਮੈਂ ਇੱਧਰ ਦੀ, ਇਹ ਮੈਨੂੰ ਲੱਗਦਾ ਕਿ ਇੱਕਦਮ ਦੇ ਸਾਈਡ 'ਤੇ ਬਿਲਕੁਲ ਰਸਤਾ ਹੈਗਾ, ਉੱਧਰ ਦੀ ਆਉਣਾ ਚੰਗੀ ਗੱਲ ਆ, ਇੱਧਰ ਦੀ ਆਉਣਾ ਮਾੜੀ ਗੱਲ ਨਹੀਂ ਹੈ, ਠੀਕ ਹੈ ਨਾ? ਮਾੜੀ ਗੱਲ ਨਹੀਂ ਹੈ ਮੇਰੇ ਮੁਤਾਬਕ, ਨਹੀਂ ਹੈ, ਕਿਉਂਕਿ ਮੈਂ ਇਦੋਂ ਵੀ ਜ਼ਿਆਦਾ ਟਫਰ ਰਸਤੇ ਨੂੰ ਉੱਪਰ ਚੱਲ ਚੁੱਕਿਆ, ਮੈਨੂੰ ਕੋਈ ਖਤਰਾ ਨਹੀਂ ਲੱਗਦਾ। ਹਾਂਜੀ, ਤੁਹਾਡੇ ਵੱਲੋਂ ਸ਼ਾਰਟਕੱਟ ਲਾਇਆ ਜਾ ਰਿਹਾ, ਕੀ ਇਹਨੂੰ ਚੰਗਾ ਸਮਝੋ, ਕੀ ਮੈਸੇਜ ਆਉਂਦਾ ਲੋਕਾਂ ਨੂੰ? ਨਹੀਂ, ਇਹ ਬਾਤ ਸਹੀ ਨਹੀਂ ਹੈ, ਹਮਨੇ ਪਹਿਲਾਂ ਸ਼ਾਰਟਕੱਟ ਮਾਰਾ, ਹਮ ਪੂਰੀ ਚੜ੍ਹਾਈ ਕੰਪਲੀਟ ਵੈਸੇ ਹੀ ਕਰਕੇ ਆਏ ਥੇ। ਕੀ ਲੋੜ ਪੈ ਗਈ ਤੁਹਾਨੂੰ ਇਹ ਪਹਿਲਾਂ ਸ਼ਾਰਟਕੱਟ?
ਬਸ ਸੋਚਿਆ ਇੱਕ ਵਾਰ ਟਰਾਈ ਮਾਰ ਕੇ ਦੇਖਦੇ ਹਾਂ। ਨਹੀਂ, ਟੀਮ ਪਹੁੰਚੀ ਹੈ ਸ਼੍ਰੀ ਹੇਮਕੁੰਟ ਸਾਹਿਬ, ਜੋ ਕਿ ਇੱਥੋਂ 10 ਕਿਲੋਮੀਟਰ ਦਾ ਰਸਤਾ ਤੈਅ ਕਰਨਾ ਰਹਿ ਗਿਆ। ਰਸਤਾ ਬਹੁਤ ਕਠਿਨ ਆ, ਪਰ ਸੰਗਤਾਂ ਦਾ ਪਿਆਰ ਬਹੁਤ ਜ਼ਿਆਦਾ, ਭਾਰੀ ਮਾਤਰਾ ਵਿੱਚ ਸੰਗਤਾਂ ਪਹੁੰਚ ਰਹੀਆਂ ਹਨ। ਜਿਨ ਪ੍ਰੇਮ ਕੀਓ ਦਿਨ ਪ੍ਰਭ ਪਾਇਓ ਦਿਨ ਪ੍ਰਭ ਪਾਇਓ ਜਿਨ ਪ੍ਰੇਮ ਕੀਓ ਦਿਨ ਪ੍ਰਭ ਪਾਇਓ ਪ੍ਰਭ ਪਾਇਓ ਸੱਚ ਕਹੋ ਸੁਣ ਲੇ ਹੋ ਸਭੇ ਸੱਚ ਕਹੋ ਸੁਣ ਲੇ ਹੋ ਸਭੇ ਸੱਚ ਕਹੋ ਪ੍ਰਭ ਪਾਇਓ ਤਿਨ ਪ੍ਰਭ ਪਾਇਓ ਜਿਨ ਪ੍ਰੇਮ ਕੀਓ ਤਿਨ ਪ੍ਰਭ ਪਾਇਓ ਤਿਨ ਪ੍ਰਭ ਪਾਇਓ ਸੰਤੋਸ਼। ਹਾਂ ਸੰਤੋਸ਼ ਜੀ, ਇਹ ਬਤਾਓ ਜੀ, ਰਸਤਾ ਆਪ ਡੇਲੀ ਬਣਾਤੇ ਹੋ, ਕਿਤਨੀ ਦਫਾ ਬਣਾਤੇ ਹੋ ਜੀ? ਹਮ ਤੋ ਇਧਰ ਠੇਕੇਦਾਰ ਕੀ ਤਰਫ ਸੇ ਹੈ, ਹਰ ਸਾਲ ਆਤੇ ਹੈ, ਹਰ ਸਾਲ ਕਾਮ ਕਰਤੇ ਹੈ ਯਹਾਂ ਪੇ। ਠੀਕ ਹੈ। ਔਰ 8 ਘੰਟੇ ਕਾਮ ਕਰਤੇ ਹੈ। 8 ਘੰਟੇ ਕਾਮ ਕਰਤੇ ਹੈ। 8 ਘੰਟੇ ਕਾਮ ਕਰਤੇ ਹੈ। ਹਾਂ ਜੀ। ਕਿਆ ਕਿਆ ਮੁਸ਼ਕਿਲ ਆਤੀ ਹੈ ਆਪਕੋ? ਮੁਸ਼ਕਿਲ ਹੈ ਤੋ ਹਰ ਚੀਜ਼ ਕੇ ਮੁਸ਼ਕਿਲ ਹੈ, ਰਹਿਨੇ ਕਾ ਮੁਸ਼ਕਿਲ ਹੈ, ਖਾਣੇ ਕਾ ਮੁਸ਼ਕਿਲ ਹੈ, ਸੋਨੇ ਕਾ ਮੁਸ਼ਕਿਲ ਹੈ, ਕਾਮ ਕਰਨੇ ਕਾ ਮੁਸ਼ਕਿਲ ਹੈ, ਸਬਦੀ ਹੋਤੀ ਹੈ, ਹਾਥ ਪਾਓ ਅਕੜ ਜਾਤੇ ਹੈ, ਕਾਮ ਕਰਨੇ ਮੇਂ ਤੋ ਬਹੁਤ ਸੇ ਮੁਸ਼ਕਿਲ ਹੈ ਯਹਾਂ ਪੇ। ਠੀਕ ਹੈ। ਠੇਕੇਦਾਰ ਕੀ ਤਰਫ ਸੇ ਆਪਕੋ ਪੂਰਾ ਪੈਸਾ ਮਿਲਤਾ ਹੈ, ਟਾਈਮ ਸੇ ਮਿਲਤਾ ਹੈ? ਮਿਲਤਾ ਹੈ, ਪੈਸੇ ਤੋ ਮਿਲ ਜਾਤਾ ਹੈ। ਠੀਕ ਹੈ। ਔਰ ਕਿਆ ਆਪਕੋ ਥੂਲਾ ਦੇਤੇ ਹੈ, ਕੱਪੜੇ, ਗਰਮ ਕੱਪੜੇ, ਕੁਛ ਖਾਣਾ ਪਾਣੀ? ਕੁਛ ਨਹੀਂ ਦੇਤੇ, ਹਮੇਂ ਤੋ ਆਪਣੇ ਖਾਤੇ ਆਪਣੇ ਕਰਤੇ। ਅੱਛਾ, ਆਪਣੇ ਕਰਤੇ। ਹਾਂਜੀ। ਠੀਕ ਹੈ। ਕਿਤਨੇ ਬੰਦੇ, ਕਿਤਨੀ ਟੀਮ ਆਪਕੋ ਦੇ ਰੱਖੀ ਹੈ? ਹਮੇਂ ਇਸ ਸਮੇਂ ਤੋ 19-20 ਬੰਦੇ ਥੇ, ਤੋ ਕੁਛ ਚਲੇ ਗਏ, ਕੁਛ ਹੈ ਅਭੀ 12-15 ਲੱਗੀ ਹੋਈ, ਔਰ ਵੀ ਹੈ। ਇਹ ਨੇ ਜੀ ਜਿਹੜੇ ਹੇਮਕੁੰਟ ਸਾਹਿਬ ਨੂੰ, ਗੁਰਦੁਆਰਾ ਹੇਮਕੁੰਟ ਸਾਹਿਬ ਜਾਂਦਿਆਂ ਨੂੰ ਜਦੋਂ ਰਸਤਾ ਰਾਤ ਪੈਣ ਤੋਂ ਬਾਅਦ ਬਲੌਕ ਹੋ ਜਾਂਦਾ ਵਾ, ਅਤੇ ਉਹਨੂੰ ਇਸ ਤਰ੍ਹਾਂ ਸਾਫ਼ ਕਰਦੇ ਨੇ, ਔਰ ਸੰਗਤ ਵਾਸਤੇ ਇਹ ਤਿਆਰ ਕਰਕੇ ਉਹਨਾਂ ਨੂੰ ਬਿਲਕੁਲ ਸਾਫ਼ ਕਰਕੇ ਉਹਨਾਂ ਨੂੰ ਦਿੰਦੇ ਨੇ, ਅਤੇ ਆਹ ਦੇਖੋ ਕਿੰਨੀ ਮਿਹਨਤ ਦੇ ਨਾਲ ਇਹ ਕੰਮ ਕਰ ਰਹੇ ਨੇ। ਇੱਦਾਂ ਇਹਨਾਂ ਦੇ ਸਟੈਪ ਤੋੜੇ ਜਾਂਦੇ ਆ ਬਰਫ਼ ਦੇ ਵਿੱਚ, ਆਹ ਤੁਸੀਂ ਦੇਖ ਸਕਦੇ ਹੋ। ਇਹਨਾਂ ਨੇ ਦੱਸਿਆ ਜੀ 25
ਮੀਟਰ ਇਹ ਰਸਤਾ ਇਹ ਕੱਟ ਦਿੰਦੇ ਆ। ਉਦੋਂ ਬਾਅਦ ਜਿਹੜੀ ਇਹਨਾਂ ਦੀ ਅਗਲੀ ਟੀਮ ਆ ਉਹ ਇਸ ਤਰ੍ਹਾਂ ਹੀ ਰਸਤਾ ਸੰਗਤ ਵਾਸਤੇ ਬਣਾਉਂਦੀ ਜਾਂਦੀ ਆ। ਆਹ ਦੇਖੋ ਇੱਕ ਥੋੜ੍ਹਾ ਜਿਹਾ ਸਾਈਡ ਤੋਂ ਵੀ ਇਹਨਾਂ ਨੇ ਰਸਤਾ ਬਣਾਇਆ ਹੋਇਆ ਵਾ ਅਤੇ ਉਹ ਤੋਂ ਸੰਗਤ ਸ਼ੋਰਟਕੱਟ ਰਾਹੀਂ ਆ ਰਹੀ ਆ। ਪਰ ਬਹੁਤ ਜ਼ਿਆਦਾ ਟਫ ਰਸਤਾ, ਤਿਲਕਣ ਦੇ ਨਾਲ ਦੋ ਰਸਤੇ ਕੱਢੇ ਗਏ ਆ ਰੂਟੀਨ ਦੇ ਇਹ ਤਿਆਰ ਕਰਕੇ ਨੇ। ਗੱਲ ਕਰੀਏ ਰਸਤੇ ਦੀ ਤਾਂ ਇਸ ਤਰ੍ਹਾਂ ਦਾ ਰਸਤਾ ਹੇਮਕੁੰਟ ਟਰੱਸਟ ਵੱਲੋਂ ਤਿਆਰ ਕੀਤਾ ਗਿਆ ਵਾ। ਤੁਸੀਂ ਦੇਖ ਸਕਦੇ ਹੋ ਬਰਫ਼ ਇਹ ਚੱਲਣ ਵਾਲਾ ਰਸਤਾ, ਛੋਟੇ ਛੋਟੇ ਸਟੈਪ ਬਰਫ਼ ਦੇ ਵਿੱਚ ਹੀ ਬਣਾ ਰੱਖੇ ਨੇ। ਜਿਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਧਿਆਨ ਨਾਲ, ਜਿਨ੍ਹਾਂ 'ਤੇ ਬਹੁਤ ਹੀ ਜ਼ਿਆਦਾ ਧਿਆਨ ਨਾਲ ਚੱਲਣ ਦੀ ਲੋੜ ਹੈ, ਆਕਸੀਜਨ ਦੀ ਵੀ ਕਮੀ ਹੋ ਜਾਂਦੀ ਹੈ, ਸਾਹ ਵੀ ਚੜ੍ਹਦਾ। ਇਸ ਤਰ੍ਹਾਂ ਰਸਤਾ ਤਿਆਰ ਕੀਤਾ ਜਾਂਦਾ ਸੰਗਤ ਵਾਸਤੇ। ਹਾਂਜੀ ਬਾਬਾ ਜੀ, ਕਿੱਦਾਂ ਦੀ ਰਹੀ ਯਾਤਰਾ ਤੁਹਾਡੀ? ਵਧੀਆ, ਬਹੁਤ ਵਧੀਆ, ਬਹੁਤ ਸੋਹਣਾ ਕਰਿਆ ਜੀ। ਆ ਰਹੇ ਹੋ ਕਿ ਜਾ ਰਹੇ ਹੋ? ਹਾਂਜੀ ਜਾ ਰਹੇ ਹਾਂ, ਮੁੜ ਰਹੇ ਹਾਂ ਜੀ ਬੁੱਢੇ। ਠੀਕ ਹੈ ਜੀ, 7:30 ਰਸ਼ ਤੜਕੇ ਇੱਥੇ ਤਾਂ ਕੱਟੀ ਸੀ। ਠੀਕ ਹੈ ਜੀ, ਹੁਣ ਉਹ ਸੰਗਤ ਜਾਈ ਜੀ। ਕੋਈ ਪ੍ਰੋਬਲਮ ਸੰਗਤਾਂ ਨੂੰ ਆਉਂਦੀ ਹੋਵੇ? ਕੋਈ ਨਹੀਂ ਆਈ। ਠੀਕ ਹੈ ਜੀ, ਗੁਰੂ ਸਾਹਿਬ ਦੀ ਕਿਰਪਾ ਕਿਰਪਾ ਮਹਾਰਾਜ, ਚਾਹ ਵਾਲੇ ਚਾਹ, ਖਿਚੜੀ ਵਾਲੇ ਖਿਚੜੀ, ਸਭ ਨੂੰ ਸਭ ਕੁਝ ਮਿਲਦਾ। ਬਹੁਤ ਅੱਛਾ ਫੀਲ ਕਰ ਰਿਹਾ। ਪਹਿਲਾਂ ਵੀ ਤੁਸੀਂ ਕਦੇ ਆਏ ਉੱਥੇ? ਨਹੀਂ, ਫਸਟ ਟਾਈਮ ਹੈ। ਬਹੁਤ ਅੱਛਾ ਐਕਸਪੀਰੀਅੰਸ ਹੈ ਹਮਾਰਾ। ਠੀਕ ਹੈ ਜੀ, ਤੇ ਕਿੱਦਾਂ ਲੱਗ ਰਿਹਾ ਗਲੇਸ਼ੀਅਰ ਬਰਫ਼? ਬਹੁਤ ਅੱਛਾ ਲੱਗ ਰਿਹਾ ਬਰਫ਼ ਦੇਖ ਕੇ। ਤੁਸੀਂ ਗੋਲੇ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਉੱਥੇ? ਯੇ ਕਹਾਂ ਸੇ ਆਏ ਹੋ? ਹਿਸਾਰ। ਹਾਂਜੀ, ਗੱਲ ਕਰੀਏ ਹੇਮਕੁੰਟ ਸਾਹਿਬ ਦੀ, ਮੱਥਾ ਟੇਕਣ ਆਏ ਜਿਹੜੇ ਸ਼ਰਧਾਲੂ ਨੇ, ਦੋ ਰਸਤੇ ਉਹਨਾਂ ਦੇ ਵਾਸਤੇ ਬਣਾਏ ਗਏ ਆ। ਇੱਕ ਤਾਂ ਪੌੜੀਆਂ ਦਾ ਰਸਤਾ ਹੈ ਅਤੇ ਗਲੇਸ਼ੀਅਰ ਵੇਦੀ ਜੋ ਜਾਣਾ ਪੈਂਦਾ, ਅਤੇ ਇੱਕ ਟੋਟਲ ਜਿਹੜਾ ਰਸਤਾ ਹੈਗਾ ਉਹ ਪੂਰਾ ਟੋਟਲੀ ਗਲੇਸ਼ੀਅਰ ਦੇ ਵੇਦੀ ਇਹਨਾਂ ਨੇ ਤਿਆਰ ਕੀਤਾ ਹੋਇਆ, ਉਹ ਤੁਸੀਂ ਦੇਖ ਸਕਦੇ ਹੋ ਅੱਗੇ। ਪੌੜੀਆਂ ਦਾ ਰਸਤਾ ਠੀਕ ਲੱਗਿਆ? ਨਹੀਂ, ਆਮ ਰਸਤਾ ਪੌੜੀਆਂ ਦਾ ਰਸਤਾ ਤਾਂ ਭਾਅ ਜੀ ਬਹੁਤ ਔਖਾ ਹੈਗਾ ਵਾ, ਅਤੇ ਚੜ੍ਹਾਈ ਚੜ੍ਹਨ ਵਾਸਤੇ ਨਾ ਜੀ ਬਹੁਤ ਸਾਹ ਫੁੱਲ ਰਿਹਾ। ਅਸੀਂ ਤਾਂ ਪਿਆਰੀ ਸਾਧ ਸੰਗਤ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਪੌੜੀਆਂ ਦੇ ਰਸਤੇ ਥਾਨੀ ਛੱਡ ਕੇ ਸਗੋਂ ਆਮ ਸਿੰਪਲ ਰਸਤੇ ਥਾਨੀ ਜਾਣਾ ਚਾਹੀਦਾ, ਅਤੇ ਮਹਾਰਾਜ ਦੇ ਗੁਣ ਗਾਉਂਦੇ ਜਾਣੇ ਚਾਹੀਦੇ ਆ, ਅਤੇ ਇਸੇ ਵਿੱਚ ਹੀ ਭਲਾਈ ਆ, ਕਿਉਂਕਿ ਬਜ਼ੁਰਗ ਬੱਚੇ ਜਿੰਨੇ ਵੀ ਚੜ੍ਹ ਰਹੇ ਆ ਇੱਧਰ ਆਸਾਨ ਰਸਤੇ ਥਾਨੀ ਜਾ ਰਹੇ ਆ। ਦੇਖੋ ਨਾਲ ਨਾਲ ਬਰਫ਼ ਰਸਤੇ ਦੇ ਕਈ ਸੰਗਤਾਂ ਵੱਲੋਂ ਬਰਫ਼ ਦੇ ਗਲੇ ਗੋਲੇ ਬਣਾ ਕੇ ਖੇਡਾਂ ਵੀ ਕੀਤੀਆਂ ਜਾਂਦੀਆਂ ਨੇ, ਇੰਜੋਏ ਵੀ ਕਰ ਰਹੇ ਨੇ, ਅਤੇ ਗੁਰੂ ਦੇ ਦਰਸ਼ਨਾਂ ਵਾਸਤੇ ਵੀ ਇੱਥੇ ਬਹੁਤ ਵੱਡੀ ਗਿਣਤੀ ਵਿੱਚ। ਜੋ ਰਸਤਾ ਗਲੇਸ਼ੀਅਰ ਦੇ ਵਿੱਚ ਦੀ ਸਾਫ਼ ਕਰਕੇ ਬਣਾਇਆ ਗਿਆ, ਬਹੁਤ ਹੀ ਜ਼ਿਆਦਾ ਟਫ ਰਸਤਾ, ਬਹੁਤ ਹੀ ਧਿਆਨ ਨਾਲ ਚੱਲਣ ਦੀ ਲੋੜ। ਬਹੁਤ ਹੀ ਜ਼ਿਆਦਾ ਧਿਆਨ ਰੱਖਣ ਦੀ ਲੋੜ। ਰਸਤੇ ਦੋ ਦਿੱਤੇ ਗਏ ਨੇ ਸ਼੍ਰੀ ਹੇਮਕੁੰਟ ਸਾਹਿਬ ਨੂੰ, ਇੱਕ ਪੌੜੀਆਂ ਵਾਲਾ ਰਸਤਾ, ਇੱਕ ਪਲੇਨ ਰਸਤਾ।
ਪਰ ਪਲੇਨ ਰਸਤੇ 'ਤੇ ਬਹੁਤ ਹੀ ਜ਼ਿਆਦਾ ਧਿਆਨ ਨਾਲ ਚੱਲਣ ਦੀ ਲੋੜ, ਕਿਉਂਕਿ ਬਰਫ਼ ਬਹੁਤ ਜ਼ਿਆਦਾ, ਬਰਫ਼ ਦੇ ਵਿੱਚ ਸਟੈਪ ਬਣਾਏ ਜਾ ਰਹੇ ਨੇ। ਦੇਖੋ ਸੰਗਤਾਂ ਅਤੇ ਹੇਮਕੁੰਟ ਸਾਹਿਬ ਟਰੱਸਟ ਵੱਲੋਂ ਅਤੇ ਫੌਜੀ ਵੀਰਾਂ ਵੱਲੋਂ ਇਹ ਬਹੁਤ ਵੱਡਾ ਉਪਰਾਲਾ ਕੀਤਾ ਗਿਆ। ਇਹ ਗੁਰੂ ਕੇ ਪਿਆਰਿਓ ਇਹ ਸਰੋਵਰ ਆ ਜਿੱਥੇ ਥੋੜ੍ਹੀ ਦੇਰ ਬਾਅਦ ਬਰਫ਼ ਜੰਮ ਜਾਂਦੀ ਆ, ਇਹਨਾਂ ਨੂੰ ਤੋੜ ਕੇ, ਬਰਫ਼ ਨੂੰ ਤੋੜ ਕੇ ਇਸ਼ਨਾਨ ਕਰਨਾ ਪੈਂਦਾ, ਤੁਸੀਂ ਦੇਖ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਸਕਦੇ ਹੋ ਵੀ ਕਿੱਦਾਂ ਹਰ ਥੋੜ੍ਹੀ ਦੇਰ ਬਾਅਦ ਬਰਫ਼ ਜੰਮਣੀ ਸ਼ੁਰੂ ਹੋ ਜਾਂਦੀ ਆ। ਸੰਗਤਾਂ ਵੱਲੋਂ ਜੋ ਇਸ਼ਨਾਨ ਕੀਤਾ ਜਾਂਦਾ, ਬਰਫ਼ ਤੋੜ ਕੇ ਕੁਛ ਹੀ ਮਿੰਟਾਂ ਵਿੱਚ ਇਸ਼ਨਾਨ ਕੀਤਾ ਜਾਂਦਾ, ਨਹੀਂ ਫਿਰ ਪਾਣੀ ਦੇ ਵਿੱਚ ਜਦੀ ਬਰਫ਼ ਜੰਮਣੀ ਸ਼ੁਰੂ ਹੋ ਜਾਂਦੀ ਆ, ਪੂਰਾ ਬਰਫ਼ ਦੇ ਨਾਲ ਸ਼੍ਰੀ ਹੇਮਕੁੰਟ ਸਾਹਿਬ ਪੂਰਾ ਢੱਕਿਆ ਹੋਇਆ ਹੈ। ਸੰਗਤਾਂ ਜਿਹੜੀਆਂ ਪੂਰਾ ਆਨੰਦ ਮਾਣ ਰਹੀਆਂ ਨੇ। ਆਓ ਦਿਖਾਉਂਦੇ ਤੁਹਾਨੂੰ ਅਗਲੀ ਰਿਪੋਰਟ। ਜੈਪੁਰ ਸੇ। ਠੀਕ ਹੈ, ਕੈਸਾ ਲਗਾ ਯਹਾਂ ਪੇ? ਬਹੁਤ ਹੀ ਪਿਆਰਾ, ਬਹੁਤ ਹੀ ਪਿਆਰਾ। ਠੀਕ ਹੈ, ਕਿਤਨੀ ਯਾਤਰਾ ਹੈ ਆਪਕੀ, ਕਿਤਨਾ ਟਾਈਮ ਹੋ ਗਿਆ ਆਪਕੋ ਯਹਾਂ ਆਏ? ਕਿਤਨਾ ਟਾਈਮ ਹੋ ਗਿਆ ਉੱਪਰ ਆਏ ਹੋਏ? ਯਹਾਂ ਪੇ ਤੋ ਅਭੀ 3.5-4 ਘੰਟੇ ਲੱਗੇ। ਠੀਕ ਹੈ, ਸਿਰਫ ਇਹ 4-4.5 ਕਿਲੋਮੀਟਰ ਨੇ। ਕੌਣ ਕੌਣ ਸੀ ਸੇਫਟੀ ਯਹਾਂ ਪੇ ਚਾਹੀਏ ਆਪਨੇ ਦੇਖਾ ਹੋ, ਵੀ ਕਿਆ ਕਿਆ ਸੁਵਿਧਾ ਔਰ ਸੇਫਟੀ ਚਾਹੀਏ? ਸਾਈਡ ਸੇ ਵੋ ਜੋ ਲਗੇ ਹੋਤੇ ਨਾ, ਬਸ ਫੈਂਸਿੰਗ ਹੋਣੀ ਚਾਹੀਏ, ਬਾਕੀ ਤੋ ਸਭ ਅੱਛਾ ਹੈ ਗੁਰੂ ਬਾਬਾ ਕੀ ਦਇਆ ਸੇ। ਜਪਤੀ ਪ੍ਰਭ ਚਰਨ ਤੁਮਾਰੇ, ਗੁਰ ਪ੍ਰਸਾਦ ਤੋ ਸ਼ਬਦ ਪਛਾਣੇ, ਗੁਰ ਪ੍ਰਸਾਦ ਤੋ ਸ਼ਬਦ ਪਛਾਣੇ, ਤੂੰ ਬੇਅੰਤ ਕੋਬਿਰ ਨਾ ਜਾਣੇ, ਤੂੰ ਬੇਅੰਤ ਕੋਬਿਰ ਨਾ ਜਾਣੇ, ਤੂੰ ਬੇਅੰਤ ਕੋਬਿਰ ਨਾ ਜਾਣੇ। ਪਛਾਣ ਗੁਰ ਪ੍ਰਸਾਦ ਤੋ ਸ਼ਬਦ ਪਛਾਣ, ਅੰਤ ਕੋ
ਪ੍ਰਭ ਚਰਨ ਤੁਮਾਰੇ ਗੁਰ ਪ੍ਰਸਾਦ ਉਹ ਸ਼ਬਦ ਪਛਾਣ ਗੁਰ ਪ੍ਰਸਾਦ ਉਹ ਸ਼ਬਦ ਪਛਾਣ ਤੂੰ ਬੇਅੰਤ ਕੋ ਬਿਨ ਨਾ ਜਾਣੇ ਤੂੰ ਬੇਅੰਤ ਕੋ ਬਿਨ ਨਾ ਜਾਣੇ। ਸੰਗਤਾਂ ਲਈ ਹਰ ਤਰ੍ਹਾਂ ਦਾ ਪ੍ਰਬੰਧ ਮੈਨੇਜਮੈਂਟ ਟਰੱਸਟ ਵੱਲੋਂ ਕੀਤਾ ਜਾਂਦਾ, ਜਿਸ ਤਰ੍ਹਾਂ ਕਿ ਹਰ ਸਾਲ ਇਹ ਯਾਤਰਾ 25 ਮਈ ਤੋਂ ਸ਼ੁਰੂ ਹੁੰਦੀ ਸੀ, ਪਰ ਇਸ ਵਾਰੀ 1 ਜੂਨ ਤੋਂ ਇਸੇ ਕਰਕੇ ਸ਼ੁਰੂ ਕੀਤੀ ਗਈ ਹੈ ਕਿ ਥੋੜ੍ਹੀ ਜਿਹੀ ਬਰਫ਼ ਜ਼ਿਆਦਾ ਸੀ, ਇਸ ਕਰਕੇ ਕੋਈ ਸੰਗਤ ਨੂੰ ਪਰੇਸ਼ਾਨੀ ਨਾ ਆਵੇ, ਪਹਿਲੀ ਗੱਲ ਤਾਂ ਇਹ। ਦੂਜੀ ਇਹ, ਜਿੰਨੇ ਵੀ ਗੋਬਿੰਦ ਘਾਟ ਤੋਂ ਲੈ ਕੇ ਗੋਬਿੰਦ ਧਾਮ ਹੇਮਕੁੰਟ ਸਾਹਿਬ ਤੱਕ ਜਾਂ ਰਿਸ਼ੀਕੇਸ਼ ਤੋਂ ਲੈ ਕੇ ਗੋਬਿੰਦ ਘਾਟ ਤੱਕ ਜਿੰਨੇ ਵੀ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਟਰੱਸਟ ਦੇ, ਸਾਰੇ ਗੁਰਦੁਆਰਿਆਂ ਦੇ ਵਿੱਚ ਰਹਿਣ ਦੀ ਲੰਗਰ ਦੀ ਪੂਰੀ ਵਿਵਸਥਾ ਹੈ, ਅਤੇ ਯੋਗ ਡਾਕਟਰਾਂ ਦੀ ਟੀਮ ਵੀ ਲਾਈ ਹੋਈ ਹੈ ਵੀ ਕਿਸੇ ਵੀ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਇਹੀ ਸੋਚ ਕੇ ਇਹ ਸੰਗਤ ਵੀ ਸੰਗਤ ਦੇ ਲਈ ਵੀ 7 ਦਿਨ ਇਹ ਯਾਤਰਾ ਜਿਹੜੀ ਹੈ ਪਿੱਛੇ ਕੀਤੀ ਗਈ ਹੈ, ਅਤੇ ਹੁਣ ਸੰਗਤ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਹੈ, ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਹੈ, ਰਸਤੇ ਸਾਫ਼ ਹੈ, ਮੌਸਮ ਵਧੀਆ। ਪਿਛਲੇ ਦਿਨ ਸੋਸ਼ਲ ਮੀਡੀਆ 'ਤੇ ਕਾਫ਼ੀ ਰੌਲਾ ਪਿਆ ਹੋਇਆ ਸੀਗਾ ਵੀ ਪੈਟਰੋਲ ਦੀ ਕਮੀ ਹੋਣ ਕਰਕੇ ਵੀ ਯਾਤਰਾ ਖਰਾਬ ਆ ਅਤੇ ਸੜਕਾਂ ਦਾ ਬਹੁਤ ਜ਼ਿਆਦਾ ਮਾੜਾ ਹਾਲ ਹੈ, ਵੀ ਹੇਮਕੁੰਟ ਟਰੱਸਟ ਵੱਲੋਂ ਵੀ ਜ਼ਿਆਦਾ ਕੋਈ ਉਪਰਾਲੇ ਨਹੀਂ ਕੀਤੇ ਗਏ ਵੀ ਸੰਗਤਾਂ ਨੂੰ ਰਹਿਣ ਦੀ ਬਾਥਰੂਮ ਸਮੱਸਿਆ ਬੜੀ ਆ ਰਹੀ ਹੈ ਲੇਡੀ ਨੂੰ। ਲਗਭਗ ਪਿਛਲੇ ਹਫ਼ਤੇ ਹੀ ਡਿਸਟ੍ਰਿਕਟ ਚਮੋਲੀ ਦੀ DC ਸਾਹਿਬ DM ਸਾਹਿਬਾ ਸਾਡੇ ਕੋਲ ਇੱਥੇ ਪਹੁੰਚੀ ਸੀ, ਅਸੀਂ ਵੀ ਉਹਨਾਂ ਨੂੰ ਇਹ ਵਿਚਾਰ ਕੀਤਾ ਸੀ ਕਿਉਂਕਿ ਸਾਨੂੰ ਵੀ ਆ ਕੇ ਸੰਗਤ ਹੀ ਦੱਸਦੀ ਹੈ, ਅਤੇ ਉਹਨਾਂ ਨੇ ਕਿਹਾ ਕਿਤੇ ਵੀ ਕਿਸੇ ਵੀ ਤਰ੍ਹਾਂ ਦੀ ਪੈਟਰੋਲ ਦੀ ਕੋਈ ਡੀਜ਼ਲ ਦੀ ਕੋਈ ਦਿੱਕਤ ਨਹੀਂ ਆ ਰਹੀ, ਅਤੇ ਉਹਨਾਂ ਨੇ ਹਰ ਤਰ੍ਹਾਂ ਦੇ ਇੰਤਜ਼ਾਮ ਮੁਹੱਈਆ ਕਰਾਏ ਹੈ, ਅਤੇ ਹੁਣ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਅਤੇ ਸੰਗਤਾਂ ਨੂੰ, ਗੁਰੂ ਦੇ ਨਾਲ ਜੁੜੀਆਂ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਵੀ ਛੋਟੇ ਛੋਟੇ ਬੱਚੇ ਲੈ ਕੇ ਆ ਰਿਹਾ, ਪਿਛਲੇ ਦਿਨ ਹੀ ਹਾਦਸੇ ਹੋ ਗਏ ਆ, ਅਤੇ ਕੀ ਕਿੱਦਾਂ ਦੀ ਅਪੀਲ ਕਰਨਾ ਚਾਹੋਗੇ ਕਿ ਜ਼ਿਆਦਾ ਬਜ਼ੁਰਗ ਔਰ ਬੱਚੇ ਲੈ ਕੇ ਆਉਣੇ ਚਾਹੀਦੇ? ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਕੋਈ ਇਸ ਤਰ੍ਹਾਂ ਦਾ ਕੋਈ ਹਾਦਸਾ ਨਹੀਂ ਹੋਇਆ ਜਿਸ ਤਰ੍ਹਾਂ ਦੇ ਆਪ ਜੀ ਕਹਿ ਰਹੇ ਹੋ, ਕੋਈ ਹਾਦਸੇ ਵਾਲੀ ਗੱਲ ਨਹੀਂ ਹੈ। ਉਹ ਸ਼ੁਰੂ ਦੇ ਵਿੱਚ ਅਸੀਂ ਅਪੀਲ ਕੀਤੀ ਸੀ ਟਰੱਸਟ ਵੱਲੋਂ ਵੀ ਛੋਟੇ ਬੱਚੇ ਜਾਂ ਬਜ਼ੁਰਗ, ਪਰ ਹੁਣ ਨਹੀਂ, ਹੁਣ ਰਸਤਾ ਬਿਲਕੁਲ ਠੀਕ ਹੈ, ਦਿਲ ਖੋਲ੍ਹ ਕੇ ਆ ਸਕਦਾ ਹਰ ਬੰਦਾ, ਇੱਥੇ ਹਰ ਇਨਸਾਨ ਆ ਸਕਦਾ ਕਿਉਂਕਿ ਸਾਰੀ ਸੁਵਿਧਾਵਾਂ ਮੁਹੱਈਆ ਹੈ। ਪਹਿਲਾਂ ਤਾਂ ਜ਼ਿਆਦਾ ਛੋਟੇ ਬੱਚੇ ਨੂੰ ਇਸ ਕਰਕੇ ਕਿਹਾ ਸੀ ਵੀ ਬੱਚੇ ਨੂੰ ਚੱਕ ਕੇ ਤੁਰਨਾ ਔਖਾ ਹੁੰਦਾ, ਪਰ ਹੁਣ ਇੱਥੇ ਆਉਣ ਦੀ ਕਾਂਡੀ ਡਾਂਡੀ ਸਭ ਆ ਰਹੇ ਹੈ, ਹੁਣ ਬੱਚਾ ਵੀ ਆ ਸਕਦਾ, ਕੋਈ ਇੰਨੀ ਵੱਡੀ ਕੋਈ ਗੱਲ ਨਹੀਂ ਹੈ। ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਸਾਰੀ ਸਿੱਖ ਸੰਗਤ ਨੂੰ
ਫਤਿਹ ਸਾਂਝੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੀ ਜੂਨ 2019 ਤੋਂ ਆਰੰਭ ਹੋਈ ਸ਼੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਅੱਜ ਨਿਰਵਿਘਨਤਾ ਸਹਿਤ ਚੱਲ ਰਹੀ ਹੈ। ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਹੈ, ਤਕਰੀਬਨ 1,00,000 ਯਾਤਰੀ ਅੱਜ ਤੱਕ ਦਰਸ਼ਨ ਕਰ ਚੁੱਕਿਆ ਹੈ। ਸੋ ਨਵੇਂ ਉਪਰਾਲੇ ਹਰੇਕ ਸਾਲ ਹੀ ਸੰਗਤਾਂ ਦੇ ਲਈ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਮੈਨੇਜਮੈਂਟ ਟਰੱਸਟ ਵੱਲੋਂ ਕੀਤੇ ਜਾਂਦੇ ਆ, ਕਿਉਂਕਿ ਹਰ ਇੱਕ ਸਾਲ ਸੰਗਤਾਂ ਦੀ ਆਮਦ ਹੈ ਜਿਹੜੀ ਉਹ ਵੱਧਦੀ ਜਾ ਰਹੀ ਹੈ। 2013 ਦਾ ਡਰ ਹੈ ਜਿਹੜਾ ਉਹ ਸੰਗਤਾਂ ਦੇ ਵਿੱਚੋਂ ਨਿਕਲ ਚੁੱਕਿਆ ਹੈ। ਸੋ ਨਵੇਂ ਉਪਰਾਲਿਆਂ ਦੇ ਵਿੱਚ ਲੰਗਰ ਦੀ ਕੁਆਲਿਟੀ ਵਿੱਚ ਸੁਧਾਰ ਹੈ, ਸਮਾਨ ਸਹੀ ਟਾਈਮ 'ਤੇ ਪਹੁੰਚਾਉਣਾ, ਗੋਬਿੰਦ ਧਾਮ, ਗੋਬਿੰਦ ਘਾਟ, ਹੇਮਕੁੰਡ ਸਾਹਿਬ, ਨਵੇਂ ਟੋਇਲਟ ਵਿੰਗ ਜਿਹੜਾ ਹੈਗਾ ਇਹ ਇੱਕ ਤਿਆਰ ਹੋ ਗਿਆ ਗੋਬਿੰਦ ਧਾਮ ਦੇ ਵਿੱਚ। ਲੇਡੀਜ਼ ਐਂਡ ਜੈਂਟਸ ਉੱਤੇ ਖਾਸ ਪ੍ਰੋਬਲਮ ਸੀ ਜਿਸ ਨੂੰ ਕਿ ਟਰੱਸਟ ਨੇ ਪ੍ਰਾਇਓਰਟੀ ਤੋਂ ਲੈ ਕੇ ਔਰ ਉਹਦੇ ਉੱਤੇ ਬਹੁਤ ਸਾਰਾ ਪੈਸਾ ਖਰਚ ਹੋਇਆ ਸੰਗਤਾਂ ਦੀ ਸਹੂਲਤ ਦੇ ਲਈ ਤਿਆਰ ਕੀਤਾ ਹੈ। ਆਪ ਜੀ ਜਾਣਦੇ ਹੋ ਹਰ ਇੱਕ ਸਾਲ ਜਿਹੜੀਆਂ ਸੰਗਤਾਂ ਆਉਂਦੀਆਂ ਉਹ ਦੇਖਦੀਆਂ ਹੈਗੀਆਂ ਕਿ ਗੋਬਿੰਦ ਧਾਮ ਵਿਖੇ ਕੋਈ ਇੱਟ ਤਿਆਰ ਨਹੀਂ ਹੁੰਦੀ, ਸਾਰਾ ਮਟੀਰੀਅਲ ਜਿਹੜਾ ਹੈਗਾ ਉਹ ਪਹਿਲਾਂ ਰਿਸ਼ੀਕੇਸ਼ ਆਉਂਦਾ, ਰਿਸ਼ੀਕੇਸ਼ ਤੋਂ ਟਰਾਂਸਪੋਰਟੇਸ਼ਨ ਰਾਹੀਂ ਗੋਬਿੰਦ ਘਾਟ ਆਉਂਦਾ, ਗੋਬਿੰਦ ਘਾਟ ਤੋਂ ਥੋੜ੍ਹਾ ਥੋੜ੍ਹਾ ਕਰਕੇ ਘੋੜਿਆਂ 'ਤੇ ਭੇਜਿਆ ਜਾਂਦਾ। ਯਾਨੀ ਕਿ ਕਹਿਣ ਦਾ ਭਾਵ ਹੈ ਕਿ ਜਿਹੜੀ ਬਿਲਡਿੰਗ ਜਾਂ ਜਿਹੜਾ ਵੀ ਕੰਮ ਥੱਲਿਓਂ 5 ਰੁਪਏ ਦਾ ਚੱਲਦਾ ਉਹ ਹੇਮਕੁੰਡ ਸਾਹਿਬ ਗੋਬਿੰਦ ਧਾਮ ਜਾ ਕੇ ਉਹ 25 ਤੋਂ 30 ਰੁਪਏ ਖਰਚਾ ਹੋ ਜਾਂਦਾ, 5 ਤੋਂ 6 ਗੁਣਾ ਖਰਚਾ ਜ਼ਿਆਦਾ ਹੋ ਜਾਂਦਾ। ਸੋ ਫਿਰ ਵੀ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਮੈਨੇਜਮੈਂਟ ਟਰੱਸਟ ਹਰ ਇੱਕ ਸਾਲ ਉਪਰਾਲਾ ਕਰਦੀ ਹੈ ਸੰਗਤਾਂ ਦੇ ਸਹਿਯੋਗ ਨਾਲ, ਨਵੀਆਂ ਬਿਲਡਿੰਗਾਂ ਔਰ ਰਹਿਸ਼ ਔਰ ਉਚੇਚੇ ਪ੍ਰਬੰਧ ਜਿਹੜੇ ਨੇ ਉਹ ਸੰਗਤਾਂ ਦੀ ਸਹੂਲਤ ਲਈ ਕੀਤੇ ਜਾਂਦੇ ਆ। ਗੁਰਦੁਆਰੇ ਦੇ ਆਸੇ ਪਾਸੇ ਦਾਰੂ, ਮੀਟ, ਚਿਕਨ ਦੇ ਜਿਹੜੀਆਂ ਦੁਕਾਨਾਂ ਹੈਗੀਆਂ ਇਹਦੇ ਲਈ ਕੀ ਹੇਮਕੁੰਡ ਟਰੱਸਟ ਕੀ ਕਰ ਰਹੀ ਹੈ? ਆਪ ਜੀ ਨੇ ਬੜਾ ਚੰਗਾ ਕੁਐਸਚਨ ਪੁੱਛਿਆ ਹੈ। ਗੋਬਿੰਦ ਘਾਟ ਗੁਰਦੁਆਰੇ ਦੇ ਨੇੜੇ ਤੇੜੇ ਕੋਈ ਇੱਦਾਂ ਦੀ ਦੁਕਾਨ ਨਹੀਂ ਹੈ, ਨਾ ਕੋਈ ਸ਼ਰਾਬ ਦਾ ਠੇਕਾ ਹੈ ਅਤੇ ਨਾ ਹੀ ਕੋਈ ਮੀਟ ਦੀ ਦੁਕਾਨ ਹੈ। ਸੰਗਤ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਕਮਰਿਆਂ ਦੇ ਵਿੱਚੋਂ ਬੀੜੀਆਂ, ਸਿਗਟਾਂ ਅਤੇ ਦਾਰੂ ਦੀਆਂ ਬੋਤਲਾਂ ਨਿਕਲਦੀਆਂ ਨੇ, ਸੰਗਤ ਨੂੰ ਕੀ ਮੈਸੇਜ ਦੇਣਾ ਵੀ ਗੁਰੂ ਘਰ? ਮੈਂ ਆਪ ਜੀ ਦੇ ਮਾਧਿਅਮ ਰਾਹੀਂ ਸੰਗਤਾਂ ਨੂੰ ਬੇਨਤੀ ਕਰਾਂਗਾ, ਔਰ ਸ਼ੁਰੂ ਤੋਂ ਹੀ ਪਿਛਲੇ 5-6 ਸਾਲਾਂ ਤੋਂ ਜਦੋਂ ਤੋਂ ਮੈਂ ਸੇਵਾ ਕਰ ਰਿਹਾ ਹਾਂ ਕਿ ਔਰ ਇਸ ਸਾਲ ਵੀ ਪ੍ਰਾਇਓਰਟੀ 'ਤੇ ਇਹੀ ਗੱਲ ਕਹੀ ਗਈ ਹੈ ਕਿ ਹੇਮਕੁੰਡ ਸਾਹਿਬ ਦੀ ਯਾਤਰਾ ਇੱਕ ਧਾਰਮਿਕ ਯਾਤਰਾ ਹੈ, ਇਹਨੂੰ ਪਿਕਨਿਕ ਨਾ ਬਣਾਈਏ। ਔਰ ਜੋ ਕੁਝ ਤੁਸੀਂ ਆ ਕੇ ਇੱਥੋਂ ਲੋਕਲ ਲੋਕਾਂ ਕੋਲੋਂ ਮੰਗੋਗੇ ਉਹਨਾਂ ਦਾ ਬਿਜ਼ਨਸ ਹੈ, ਉਹਨਾਂ ਨੇ ਆਪ ਜੀ ਨੂੰ ਉਹੀ ਚੀਜ਼ ਪ੍ਰੋਵਾਈਡ ਕਰਵਾਉਣੀ ਹੈ। ਸੋ ਕਿਰਪਾ ਕਰਕੇ ਜੇ ਉਹਦੇ 6 ਦਿਨ ਆਉਂਦੇ ਹੋ ਸ਼੍ਰੀ ਹੇਮਕੁੰਡ ਸਾਹਿਬ ਦੀ ਯਾਤਰਾ 'ਤੇ, ਤਾਂ 6 ਦਿਨ ਤੁਸੀਂ ਇਸ ਚੀਜ਼ ਨੂੰ ਆ ਕੇ ਗੁਰੂ ਤੋਂ ਫਲ ਲੈ ਜਾਓ, ਵਾਹਿਗੁਰੂ ਦਾ ਨਾਮ ਸਿਮਰਨ ਕਰਕੇ ਚਲੇ ਜਾਓ। ਪਿਕਨਿਕ ਮਨਾਉਣ ਨਾ ਆਓ, ਕਿਉਂਕਿ ਜਿਹੜੇ ਲੋਕਲ ਲੋਕ ਹੈ, ਚਾਹੇ ਉਹਨਾਂ ਦੇ ਹੋਟਲ ਹੈ ਚਾਹੇ ਕੁਛ ਵੀ ਹੈ, ਉਹ ਉਹਨਾਂ ਦਾ ਧੰਦਾ ਹੈ। ਜੋ ਕੁਛ ਮੰਗੋਗੇ ਉਹਨਾਂ ਨੇ ਤਾਂ ਉਹਨਾਂ ਦਾ ਬਿਜ਼ਨਸ ਹੈ, ਬਿਜ਼ਨਸਮੈਨ ਨੇ ਬਿਜ਼ਨਸ ਦੇ ਮਾਧਿਅਮ ਰਾਹੀਂ ਉਹਨਾਂ ਨੂੰ ਉਹ ਪ੍ਰੋਵਾਈਡ ਕਰਾਉਣਾ ਹੈ। ਸੋ ਮੇਰੀ ਬੇਨਤੀ ਹੈ ਕਿ ਜਿਹੜੇ ਵੀਰ ਪਿਕਨਿਕ ਦੇ ਮਾਧਿਅਮ ਨਾਲ ਆ ਰਹੇ ਹੈਗੇ ਉਹ ਕਿਰਪਾ ਕਰਕੇ ਅਜਿਹੀਆਂ ਆਦਤਾਂ ਨੂੰ ਛੱਡ ਦੇਣ, ਇਹਨੂੰ ਇੱਕ ਧਾਰਮਿਕ ਯਾਤਰਾ ਹੈ, ਧਾਰਮਿਕ ਯਾਤਰਾ ਹੀ ਬਣੀ ਰਹਿਣ ਦਿਓ, ਔਰ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਮੈਨੇਜਮੈਂਟ ਟਰੱਸਟ ਨੂੰ ਇਸ ਪੱਖ ਤੋਂ ਸਹਿਯੋਗ ਦਿਓ। ਬਾਕੀ ਮੈਂ ਆਪ ਜੀ ਨੂੰ ਇੱਕ ਹੋਰ ਬੇਨਤੀ ਕਰਨਾ ਚਾਹਾਂਗਾ ਕਿ ਇੱਥੇ ਜਿਹੜੇ ਘੋੜਾ ਕਾਂਡੀ ਡਾਂਡੀ ਲੇਬਰ ਹੈ ਉਹਨਾਂ ਦਾ ਸਿੱਖ ਧਰਮ ਨਾਲ ਕੋਈ ਦੂਰ ਦਾ ਵਾਸਤਾ ਨਹੀਂ ਹੈ, ਉਹਨਾਂ ਦਾ ਆਪਣਾ ਇੱਕ ਰੋਜ਼ੀ ਰੋਟੀ ਦਾ ਸਾਧਨ ਹੈ। ਉਹ ਸੱਜਣ ਜਿਹੜੇ ਹੈਗੇ ਨੇ ਉਹ ਕਿਸੋਂ ਪਾਸੋਂ ਅਰੇਂਜ ਕਰਕੇ ਉਹ ਇਹਨਾਂ ਚੀਜ਼ਾਂ ਦਾ ਸੇਵਨ ਕਰਦੇ ਹੋਣਗੇ ਜਾਂ ਜਿਹੜੀ ਸੰਗਤ ਕਰਦੀ ਹੈ। ਸੋ ਮੇਰੀ ਆਪ ਜੀ ਦੇ ਮਾਧਿਅਮ ਰਾਹੀਂ ਉਹਨਾਂ ਨੂੰ ਅਪੀਲ ਹੈ ਕਿ ਇਹ 5ਵਾਂ ਧਾਮ ਸ਼੍ਰੀ ਹੇਮਕੁੰਡ ਸਾਹਿਬ ਉੱਤਰਾਖੰਡ ਗੌਰਮੈਂਟ ਵੱਲੋਂ ਘੋਸ਼ਿਤ ਕੀਤਾ ਗਿਆ ਹੈ, ਔਰ ਪਿਛਲੇ ਸਾਲ ਇੱਕ ਜਦੋਂ ਸਰਕਾਰ ਸੀ ਜਿਹੜੀ ਉਹਨਾਂ ਨੇ ਇੱਕ ਇਹਨੂੰ 5ਵਾਂ ਧਾਮ ਘੋਸ਼ਿਤ ਕਰਨ ਦੇ ਨਾਲ ਨਾਲ ਹੇਮਕੁੰਡ ਸਾਹਿਬ ਦੇ ਜਿਹੜਾ 5 ਕਿਲੋਮੀਟਰ ਦਾ ਦਾਇਰਾ ਜਿਹਦੇ ਵਿੱਚ ਗੋਬਿੰਦ ਧਾਮ ਤੋਂ ਉੱਪਰ ਦਾ ਏਰੀਆ ਆਉਂਦਾ ਹੈ ਉਹਨੂੰ ਹਰ ਇੱਕ ਪੱਖ ਤੋਂ ਵਰਜਿਤ ਕਰ ਦਿੱਤਾ ਸੀ ਕਿ ਇਹਦੇ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਜਿਹੜਾ ਹੈਗਾ ਉਹਦਾ ਆਗਿਆ ਨਹੀਂ ਹੋਏਗੀ। ਲੇਕਿਨ ਗੋਬਿੰਦ ਧਾਮ ਉਹ 6 ਕਿਲੋਮੀਟਰ ਵਿੱਚ ਆ ਜਾਂਦਾ ਔਰ ਗੋਬਿੰਦ ਘਾਟ ਜਿਹੜਾ ਉਹ ਥੱਲੇ ਆਉਂਦਾ ਹੈਗਾ। ਅਸੀਂ ਬਜਾਏ ਕਿ ਸਰਕਾਰਾਂ ਕਰੇ, ਮੈਂ ਸਿੱਖ ਸੰਗਤ ਨੂੰ ਅਪੀਲ ਕਰਾਂਗਾ ਕਿ ਅਗਰ ਤੁਸੀਂ ਇਹਨਾਂ ਚੀਜ਼ਾਂ ਦਾ ਸੇਵਨ ਛੱਡ ਦਿਓ ਤਾਂ ਇੱਥੇ ਆਪਣੇ ਆਪ ਜਿਹੜਾ ਹੈਗੇ ਇਸ ਧਾਮ ਨੇ ਪਵਿੱਤਰਤਾ ਜਿਹੜੀ ਹੈਗੀ ਆਪਣੇ ਆਪ ਗ੍ਰਹਿਣ ਕਰ ਲੈਣੀ ਹੈ, ਔਰ ਆਪ ਜੀ ਦੀ ਬਹੁਤ ਵੱਡਾ ਸਹਿਯੋਗ ਰਹੇਗਾ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਮੈਨੇਜਮੈਂਟ ਟਰੱਸਟ ਲਈ। ਕੀ ਲੱਗ ਰਿਹਾ ਜੀ ਵੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ 4.5 ਕਿਲੋਮੀਟਰ ਸੜਕ ਦਿੱਤੀ ਗਈ ਆ ਅਤੇ ਇਹ ਹੋਰ ਵੀ ਵੱਧ ਸਕਦੀ ਹੈ ਜਾਂ ਇਹ ਇੱਥੇ ਤੱਕ ਹੀ? ਦੇਖੋ 4 ਕਿਲੋਮੀਟਰ ਤੱਕ ਪੁਲਨਾ ਗਾਉਂ ਤੱਕ ਜਿਹੜੀ ਹੈਗੀ ਪਿੰਡ ਤੱਕ ਸੜਕ ਬਣ ਗਈ ਸੀ 2013 ਦੀ ਤਰਾਸਦੀ ਤੋਂ ਬਾਅਦ। ਅੱਗੇ
6 ਕਿਲੋਮੀਟਰ ਦੀ ਪ੍ਰੋਵੀਜ਼ਨ ਜਿਹੜੀ ਹੈਗੀ ਗਵਰਨਮੈਂਟ ਨੂੰ ਹੋਰ ਦਿੱਤੀ ਗਈ ਹੈ। ਪਰੰਤੂ ਇੱਕ ਨੰਦਾ ਦੇਵੀ ਬਾਇਓ ਰਿਜ਼ਰਵ ਫੋਰੈਸਟ ਏਰੀਆ ਹੈ, ਤੋ ਰਿਜ਼ਰਵ ਫੋਰੈਸਟ ਏਰੀਏ ਦਾ ਜਿਹੜਾ ਹੈਗਾ ਇਹ ਨਾ ਸਰਕਾਰ ਦੇ ਹੱਥ ਵਿੱਚ ਹੈਗਾ ਅਤੇ ਨਾ ਗੁਰਦੁਆਰਾ ਸਾਹਿਬ ਦੇ ਹੱਥ ਵਿੱਚ ਹੈਗਾ। ਬੜੀ ਜਲਦ ਜਦੋਂ ਵੀ ਫੋਰੈਸਟ ਡਿਪਾਰਟਮੈਂਟ ਦੇ ਕੋਲ ਕੇਸ ਗਿਆ ਹੋਇਆ, ਅਗਰ ਫੋਰੈਸਟ ਡਿਪਾਰਟਮੈਂਟ ਇਹਨੂੰ ਕਲੀਅਰ ਕਰ ਦਿੰਦਾ ਹੈਗਾ ਔਰ ਸਾਨੂੰ ਇਹਦੀ ਸੈਂਕਸ਼ਨ ਮਿਲ ਜਾਂਦੀ ਹੈ, ਤਦ ਭੰਡਾਰ ਪਿੰਡ ਤੱਕ ਜਿਹੜਾ ਕਿ ਗੋਬਿੰਦਘਾਟ ਤੋਂ 10 ਕਿਲੋਮੀਟਰ ਤੱਕ ਹੈ ਉੱਥੋਂ ਤੱਕ ਬਣਨ ਦੀ ਸੰਭਾਵਨਾ ਹੈ। ਪਰੰਤੂ ਮੈਂ ਫਿਰ ਕਹਾਂਗਾ ਕਿ ਇਹ ਬਾਇਓ ਰਿਜ਼ਰਵ ਫੋਰੈਸਟੀਆ ਹੋਣ ਕਾਰਨ ਇਹਦੇ 'ਚ ਕਾਫੀ ਅੜਚਣਾਂ ਨੇ ਔਰ ਵਾਹਿਗੁਰੂ ਕਰੇ ਇਹ ਜਲਦੀ ਹੋ ਜਾਏ। ਔਰ ਮੇਰੀ ਇੱਕ ਹੋਰ ਵੀ ਬੇਨਤੀ ਹੈ ਕਿ ਅਗਰ ਸੰਗਤ ਪੈਦਲ ਚੱਲਦੀ ਹੈ ਤਾਂ ਪੈਦਲ ਚੱਲ ਕੇ ਵਾਹਿਗੁਰੂ ਦਾ ਧਿਆਨ ਜ਼ਿਆਦਾ ਆਉਂਦਾ ਹੈ। ਸੋ ਆਪਾਂ ਕੋਸ਼ਿਸ਼ ਕਰੀਏ ਕਿ ਇਸ ਯਾਤਰਾ ਨੂੰ ਪੈਦਲ ਦਾ ਮਾਰਗ ਜਿਹੜਾ ਹੈਗਾ ਉਹਨੂੰ ਸਾਫ਼ ਸੁਥਰਾ ਰੱਖੀਏ ਔਰ ਇਹਦੇ ਵਿੱਚ ਕੋਈ ਗੰਦਗੀ ਨਾ ਪਾਈਏ, ਸਫਾਈ ਦਾ ਧਿਆਨ ਰੱਖੀਏ ਔਰ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਮੈਨੇਜਮੈਂਟ ਟਰੱਸਟ ਨੂੰ ਸਹਿਯੋਗ ਪ੍ਰਬੰਧ ਚਲਾਉਣ ਦੇ ਲਈ ਸਹਿਯੋਗ ਕਰੀਏ। ਲੁਧਿਆਣਾ ਤੋਂ ਬ੍ਰੇਕਿੰਗ ਨਿਊਜ਼ ਪੰਜਾਬ ਦੇ ਲਈ ਸਰਬਜੀਤ ਫਨੇਸਰ ਦੀ ਰਿਪੋਰਟ।